ਮੇਰੀ ਅੱਖੀ ਕੰਨੇ ਦੇਖੋ ਮੇਰੇ ਦੇਸ ਦਾ ਸ਼ਲੇਪਾ, ਮੇਰੀ ਅੱਖੀ ਕੰਨੇ ਦੇਖ ਇਹਨੇ ਧਾਰੇ 'ਚ ਇਹਨੇ ਜਾੜੇ 'ਚ ਇੱਕ ਮਾਣੂ ਇਕਲਾ ਗਾ ਕਰਦਾ, ਪ੍ਰੀਤ ਨਹੀਂ ਛੋੜਿਓ ਮਾਣੂ ਕੰਨੇ ਮਾਣੂ ਅੱਗੇ ਸਮਝਾ ਕਰਦਾ। ਦੋਸਤੋ ਮੇਰੇ ਦੇਸ਼ਾ ਦਾ ਸ਼ਲੈਪਾ ਮੇਰੀ ਅੱਖੀ ਕੰਨੇ ਦੇਖ ਕਾਰਜਕ੍ਰਮ 'ਚ ਤੁਹਾਡਾ ਸਭਨੇ ਦਾ ਸਵਾਗਤ ਹੈ। ਆਉਂ ਹੈ ਪ੍ਰਵੀਨ ਸ਼ਰਮਾ, ਤੁਸੀਂ ਦੇਖਾ ਕਰਦੇ ਹੋ ਦੈਨਿਕ ਸਟੇਟ ਸਮਾਚਾਰ। ਦੋਸਤੋ ਅੱਜ ਦੀ ਕੜੀ ਦੇ ਵਿੱਚ ਤੁਸੀਂ ਮੇਰੇ ਪਿੱਛੇ ਬੜੀ ਸੋਹਣੀ ਹਰਿਆਲੀ ਦੇਖਾ ਕਰਦੇ ਆ। ਅਸੀਂ ਉਧਮਪੁਰ ਜ਼ਿਲ੍ਹੇ ਦੇ ਅੰਤਰਗਤ ਆਉਣ ਵਾਲੀ ਪੰਚਾਇਤ ਤਹਿਸੀਲ ਅਤੇ ਪੰਚਾਇਤ ਬਲਾਕ ਦਾ ਗਿਆ ਇੱਕ ਗ੍ਰਾਂ ਹੈ ਲਟਿਆੜ। ਉਸ ਗ੍ਰਾਂ ਦੀ ਸੰਸਕ੍ਰਿਤਿਕ ਧਰੋਹਰ ਅਤੇ ਖਾਸ ਕਰੀਏ ਇਹ ਜਿਹੜਾ ਮੇਰੇ ਪਿੱਛੇ ਤੁਸੀਂ ਦਰਵੜ ਦਿਖਾ ਕਰਦੇ ਹੋ, ਇਸ ਦਰਵੜ ਕਰਨੇ ਇੱਕ ਦੇਵਤੇ ਦਾ ਨਾਂ ਜੁੜੇਦਾ। ਉਸ ਦੇਵਤੇ ਦੇ ਦਰਸ਼ਨ ਵੀ ਤੁਹਾਨੂੰ ਕਰਵਾਉਂਦੇ ਹਾਂ ਅਤੇ ਇੱਥੋਂ ਦੀ ਹੋਰ ਵੀ ਸੰਸਕ੍ਰਿਤਿਕ ਧਰੋਹਰ ਜਿਹੜੀ ਆ ਉਹ ਤੁਹਾਡੇ ਤੱਕ ਪਹੁੰਚਾਉਣ ਦਾ ਪ੍ਰਯਾਸ ਕਰਨੇ ਹਾਂ। ਮੇਰੀ ਅੱਖੀ ਕੰਨੇ ਦੇਖੋ ਮੇਰੇ ਦੇਸ ਦਾ ਸ਼ਲੇਪਾ, ਮੇਰੀ ਅੱਖੀ ਕੰਨੇ ਦੇਖ। ਦੋਸਤੋ ਇਹ ਜਗ੍ਹਾ ਸੱਤ ਸਰਾਈ, ਇਹ ਲਟਿਆਰ ਪੰਚਾਇਤ ਦਾ ਅੰਤਰਗਤ ਗਾ ਆਉਂਦੀ ਹੈ ਔਰ ਖਾਸ ਕਰੀ ਅਸੀਂ ਦੇਖਦੇ ਹਾਂ ਕਿ ਸੜਕ ਸੰਪਰਕ ਤਾਂ ਹੈ ਥੋੜ੍ਹਾ, ਪਰ ਵਿੱਚ ਕੋਈ ਕਮ ਸੇ ਕਮ 3-4 ਕਿਲੋਮੀਟਰ ਪੈਦਲ ਤੱਕ ਚੜ੍ਹੀ ਆਉਣਾ ਪੈਂਦਾ। ਇੱਥੇ ਇਸ ਸ਼ਿਲਾ ਦੇ ਥੱਲੇ ਸ਼ਿਵਲਿੰਗ ਸਥਾਪਿਤ ਨਾਭ ਸ਼ੰਭੂ, ਇੱਥੋਂ ਦੀ ਕੀ ਕਹਾਣੀ ਹੈ, ਇੱਥੋਂ ਦੇ ਲੋਕ ਇੱਥੇ ਮੱਥਾ ਟੇਕਣੇ, ਇਹਦਾ ਆਸ਼ੀਰਵਾਦ ਤੁਹਾਡੇ ਤੱਕ ਪਹੁੰਚਾਉਣ ਦਾ ਪ੍ਰਯਾਸ ਕਰਨੇ, ਫਿਰ ਖਾਸ ਕਰੀ ਇੱਥੋਂ ਦੇ ਮਾਣੂ ਜਿਹੜੇ ਨੇ ਉਹਦੇ ਕੰਨੇ ਗੱਲਬਾਤ ਕਰਨੇ ਆ, ਕੀ ਕਹਾਣੀ ਹੈ ਭਗਵਾਨ ਭੋਲੇਨਾਥ ਕੰਨੇ ਜੁੜੀ ਦੀ ਕਹਾਣੀ ਇੱਥੋਂ ਦੀ, ਉਹ ਵੀ ਤੁਹਾਡੇ ਤੱਕ ਪਹੁੰਚਾਉਣ ਦਾ ਪ੍ਰਯਾਸ ਕਰਨੇ ਆ। ਮੇਰੇ ਦੇਸ਼ ਦਾ ਸ਼ਲੇਪਾ, ਮੇਰੀ ਅੱਖੀ ਕੰਨੇ ਦੇਖੋ ਮੇਰੇ ਦੇਸ ਦਾ ਸ਼ਲੇਪਾ, ਮੇਰੀ ਅੱਖੀ ਕੰਨੇ। ਦੋਸਤੋ ਮੱਥਾ ਟੇਕੀਏ, ਬਾਬਾ ਭੋਲੇ ਦਾ ਆਸ਼ੀਰਵਾਦ ਤੁਹਾਡੇ ਤੱਕ ਪਜਾਇਆ ਔਰ ਖਾਸ ਕਰੀਏ ਇਸ ਇਲਾਕੇ ਦੀ ਖੂਬਸੂਰਤੀ ਇੰਨੀ ਪਿਆਰੀ ਹੈ ਕਿ ਤੁਸੀਂ ਦੇਖਿਆ ਕਰਦੇ ਹੋ ਕਿੰਨੀ ਸੋਹਣੀ ਗਰਾਊਂਡ ਹੈ, ਦਰਵੜ ਹੈ। ਇੱਥੇ ਕਿਸ਼ਮਾਨੂ ਖੜੋਤੇ ਨੇ ਇੱਥੋਂ ਲੋਕਲ ਜਿਹੜੇ ਖਾਸ ਕਰੀ ਇੱਥੇ ਪੂਜਾ ਅਰਚਨਾ ਕਰਦੇ ਨੇ। ਇੱਥੇ ਇੱਕ ਸਾਡੇ ਭਾਈ ਹੋਰ ਨੇ ਗੱਲ ਕਰ ਕਰਨੇ, ਭਾਈ ਜੀ ਕੀ ਨਾਂ ਹੈ ਤੁਹਾਡਾ? ਮੇਰਾ ਨਾਂ ਓਮ ਪ੍ਰਕਾਸ਼ ਹੈ। ਓਮ ਪ੍ਰਕਾਸ਼ ਜੀ, ਇਹ ਇਲਾਕਾ ਜਿਹੜਾ ਹੈ ਜੰਮੂ ਕੋਲ ਮਤਾ ਦੂਰ ਨਹੀਂ, ਦੂਰ ਨਹੀਂ, ਅਤੇ ਪੰਚਾਇਤੀ ਅਤੇ ਆਮ ਲੋਕ ਆਉਂਦੇ ਨੇ ਜਿਹੜੇ ਯਾਤਰਾ ਕਰਨ ਵਾਸਤੇ ਕੋਈ ਸੈਰ ਸਪਾਟੇ ਵਾਸਤੇ, ਅਤੇ ਉਹਦੇ ਕੰਨੇ ਗਿਆ ਤੁਹਾਡਾ ਲਟਿਆਰ ਪੰਚਾਇਤ ਔਰ ਲਟਿਆਰ ਦੇ ਵਿੱਚ ਗਏ ਜਿਹੜੀ ਸੱਤ ਸਰਾਈ ਜਗ੍ਹਾ ਹੈ, ਇਹਦਾ ਕੀ ਇਤਿਹਾਸ ਹੈ, ਕੀ ਕਹਾਣੀ ਉਹਦੇ ਕੰਨੇ ਜੁੜੀ ਦੀ? ਇਤਿਹਾਸ ਸਰ ਇਹਦਾ ਇਹ ਹੈ ਕਿ ਆਖਦੇ ਕਿ ਜਿਸਲੇ ਭਸਮਾ ਸੁਰ ਨੇ ਤਪੱਸਿਆ ਕੀਤੀ ਅਤੇ ਉਸਲੇ ਬੁੜੇ ਕਤਾਰ ਗਏ, ਬੁੜੇ ਕਤਾਰ ਉਹਨਾਂ ਦਾ ਮਤਲਬ ਗੁੱਟਣਾ ਜਿਹੜਾ ਉਹ ਪੰਜ ਉਂਗਲੀ ਔਖੀ ਸਾਈਡ ਲੱਗੀਆਂ, ਪੰਜ ਔਖੀ ਸਾਈਡ ਲੱਗੀਆਂ, ਉੱਥੋਂ ਜਿਸਲੇ ਉਹ ਭਸਮਾ ਸੁਰ ਉਹਦੇ ਪਿੱਛੇ ਲੱਗਿਆ ਕਿ ਵਰਦਾਨ ਹੋਇਆ ਮੈਂ ਇਸੀ ਇਹਦਾ ਭਸਮ ਕਰਨ ਦਾ ਇਹਦਾ ਕਰਨਾ ਪ੍ਰਯਾਸ ਕਰਨਾ ਕਿ ਇਹਨੇ ਗਏ ਇਹਦੇ ਉੱਪਰ ਗਿਆ ਵਰਦਾਨ, ਇਹਨੇ ਗਏ ਦੇਖਾਂਗੇ ਭਸਮ ਆਉਂਦੇ ਵੀ ਹਨ। ਅਤੇ ਉਹਦੇ ਬਾਅਦ ਉੱਥੋਂ ਚੱਲੇ ਥੱਲੇ ਨਸ਼ੇ, ਉਹ ਸ਼ਿਵਜੀ ਅੱਗੇ ਨਸ਼ੇ ਦੇ ਪਿੱਛੇ ਭਸਮਾ ਸੁਰ ਲੱਗੇ ਦਾ, ਤੋ ਉੱਥੋਂ ਆਈਏ ਉਹਨੇ ਇੱਥੇ ਵਿਸ਼ਰਾਮ ਕੀਤਾ। ਸ਼ਿਲਾ ਦੇ ਉੱਪਰ ਮਤੇ ਸਾਰੇ ਰੁੱਖ ਬੂਟੇ ਵੀ ਹਨ, ਸ਼ਿਲਾ ਚ ਮੁਖਿਆ ਖਾਲੀ ਆ, ਉੱਪਰ ਰੁੱਖ ਬੂਟੇ ਵੀ ਹਨ, ਉਸ ਸ਼ਿਲਾ ਥੱਲੇ ਬੈਠੇ ਸੀ। ਹਾਂ ਇੱਥੇ ਮਤਲਬ ਉਹਨੇ ਆਰਾਮ ਕੀਤਾ ਤੋ ਪਿੱਛੇ ਭਸਮ ਸੁਰ ਆਈ ਆ, ਇਸਲੇ ਤਾਂ ਦੂਏ ਸ਼ਿਲਾ ਦੇ ਵਿੱਚੇ ਨਿਕਲੀ ਆ ਤੇ ਸ਼ਿਵਜੀ ਇੱਥੋਂ ਇਹ ਸ਼ਿਵਖੋੜੀ ਚਲੀ ਗਏ ਇੱਥੋਂ। ਇਹ ਜਿਹੜਾ ਇਲਾਕਾ ਤੁਹਾਡਾ
ਇਹਦੇ ਕੰਨੇ ਕਸ ਦੇਖਣੇ ਸਾਹਮਣੇ ਤੁਹਾਡੀ ਨੱਥਾ ਟਾਪ ਹੈ ਜੀ, ਔਰ ਇਸ ਪੱਖੀ ਦਿਖੇ ਜਾ ਤਾਂ ਸਮਰੂਲੀ ਕੰਨੇ ਜੁੜਦਾ, ਇਹ ਕਿੰਨਾ ਮਤਲਬ ਇੰਨਾ ਦੂਰ ਵੀ ਹੈ ਨਹੀਂ, ਸੈਰ ਸਪਾਟੇ ਵਾਸਤੇ ਨੱਥਾ ਟਾਪ ਲੋਕ ਆਉਂਦੇ ਨੇ, ਪਰ ਇਹ ਤੁਹਾਡਾ ਖੇਤਰ ਜਿਹੜਾ ਇਹ ਵੀ ਬੜਾ ਖੂਬਸੂਰਤ ਹੈ, ਇੱਥੇ ਅੱਜ ਤੱਕ ਕੋਈ ਪੁੱਜਿਆ? ਸਰ ਇੱਥੇ ਇਹ ਹੈ ਕਿ ਇੱਥੇ ਰੋਡ ਦੀ ਕਨੈਕਟੀ ਨਹੀਂ ਹੈ, ਰੋਡ ਨਹੀਂ ਪੁੱਜਣ ਕਰੀ ਇੱਥੇ ਪਿੱਛੇ ਰਹੀ ਹੈ ਇਲਾਕਾ, ਤਾਂ ਰੋਡ ਅਗਰ ਇੱਥੇ ਹੁੰਦਾ ਹਾਂ ਤਾਂ ਸੈਰ ਸਪਾਟਾ ਵੀ ਹੋਣਾ ਹਾਂ, ਲੋਕਾਂ ਵੀ ਆਉਣਾ ਹਾਂ, ਪ੍ਰਸ਼ਾਸਨ ਨੇ ਵੀ ਮਤਲਬ ਕੋਈ ਜ਼ੋਰ ਨਹੀਂ ਦਿੱਤਾ, ਆਸਥਾ ਵੀ ਲੋਕਾਂ ਦੀ ਜਿਹੜੀ ਉਹ ਵੀ ਜੁੜਨੀ, ਆਸਥਾ ਜੁੜਨੀ ਹੈ, ਅਸ ਮੇਲਾ ਕਰਨਾ ਇੱਥੇ, ਜੱਗ ਭੰਡਾਰਾ ਕਰਨਾ। ਕਿਹੜਾ ਕਿਹੜਾ ਦਿਨ ਮੇਲਾ ਕਰਦੇ ਹੋ ਤੁਸੀਂ? ਮੇਲਾ ਅਸ ਐਤਵਾਰ ਦੇਖਦੇ, ਐਤਵਾਰ ਦੇ ਦਿਨ ਮੇਲਾ ਕਰਨਾ, ਯਾਨੀ ਕਿ ਜੇਠ ਮਹੀਨੇ ਦਾ ਲਾਸਟ ਹੋਵੇ ਜਾਂ ਪਹਿਲਾਂ ਦੂਆ ਐਤਵਾਰ ਹੋਵੇ। ਬਿਲਕੁਲ, ਉਹ ਦੇਖੀਏ ਕਿ ਮੇਲੇ ਵਿੱਚ ਤੁਹਾਡੇ ਲੋਕਲ ਗਏ ਆਉਂਦੇ ਨੇ, ਜੇ 12 ਦਾ ਲੋਕ ਨਹੀਂ ਆਉਂਦੇ, ਲੋਕਲ 12 ਕੋਈ ਇੱਕਾ ਦੁੱਕਾ ਆਉਂਦੇ ਨਹੀਂ, ਤਾਂ ਰੋਡ ਦੂਰ ਹੋਣ ਕਰੀ ਇੱਥੇ ਨਹੀਂ ਪੁੱਜੀ ਸਕਦੇ ਜੀ। ਉਸ ਕਰੀ ਬਿਲਕੁਲ ਸੱਚ ਗੱਲਾਂ ਕਰਦੇ ਨੇ ਦੋਸਤੋ ਕਿ ਇੰਨਾ ਖੂਬਸੂਰਤ ਇਲਾਕਾ ਹੈ, ਅਸ ਵੀ ਅੱਜ ਆਪਣੇ ਦੇਸ਼ਾਂ ਦਾ ਸ਼ਲੈਪਾ ਦੱਸਣ ਦਾ ਪ੍ਰਯਾਸ ਕਰਦੇ ਕਰਦੇ ਇਸ ਇਲਾਕੇ 'ਚ ਪੁੱਜੇ ਹਾਂ। ਇੱਥੇ ਆਈ ਹੈ ਅਤੇ ਇੱਕ ਆਸਥਾ ਜਿਹੜੀ ਲੋਕਾਂ ਦੀ ਹੈ, ਖਾਸ ਕਰੀਏ ਬਾਬਾ ਭੋਲੇ ਕੰਨੇ ਜੁੜੇ ਦੀ, ਉਹ ਕਹਾਣੀ ਉਹ ਵੀ ਦੱਸੀ, ਅਤੇ ਉਹਦੇ ਕੰਨੇ ਕੰਨੇ ਤੁਸੀਂ ਦਿਖਾ ਕਰਦੇ ਇਹ ਦਰਵੜੀ ਕਿੰਨੀ ਖੁੱਲ੍ਹੀ ਦਰਵੜੀ ਹੈ, ਇਸ ਦਰਵੜੀ ਦੇ ਵਿੱਚ ਵੀ ਅਸ ਦਿਖਾ ਕਰਦੇ ਸੈਰ ਸਪਾਟੇ ਲਈ ਜਗ੍ਹਾ ਕਿੰਨੀ ਪਿਆਰੀ ਹੈ। ਕਈ ਸਕੂਲਾਂ ਦੇ ਬੱਚੇ ਇੱਥੇ ਪਿਕਨਿਕ ਕਰਨ ਆਉਂਦੇ ਨੇ ਪਰ ਰਸਤਾ ਨਹੀਂ ਹੋਣ ਦੀ ਵਜ੍ਹਾ ਕਰਨੇ ਬੜਾ ਮੁਸ਼ਕਿਲ ਹੁੰਦਾ, ਸਾਡੇ ਸ਼ਹਿਰਾਂ ਦੇ ਲੋਕ ਵੀ ਚਾਹੁੰਦੇ ਇਹ ਲਈ ਜਗ੍ਹਾ ਹੋਵੇ, ਵਨ ਡੇ ਵਿਜ਼ਿਟ ਹੈ ਔਰ ਜੰਮੂ ਕੋਲ ਮਤਾ ਦੂਰ ਨਹੀਂ ਹੈ, ਅਗਰ ਪ੍ਰਸ਼ਾਸਨ ਚਾਹ ਟੂਰਿਜ਼ਮ ਵਿਭਾਗ ਵੀ ਇਹ ਲਈ ਜਗ੍ਹਾ ਤੁਪਦਾ ਹੈ, ਅਤੇ ਮੈਂ ਇੱਥੇ ਗੁਰਜਾਸ ਕਰਨ ਉਹਦੇ ਅੱਗੇ ਵੀ ਪ੍ਰਾਰਥਨਾ ਕਰਾਂ ਕਿ ਇਹਨੇ ਇਲਾਕੇ ਵੀ ਅਗਰ ਸੜਕ ਸੰਪਰਕ ਨੇ ਜੋੜਿਆ ਜਾ ਤਾਂ ਮੇਰੇ ਖਿਆਲ 'ਚ ਕਸ਼ਮੀਰਾ ਕੀ ਕਰਨਾ ਲੋਕੇ, ਸਾਡੇ ਜੰਮੂ ਤੋਂ ਵਿੱਚ ਵੀ ਮਤੀਆਂ ਸਾਰੀਆਂ ਲਾਗੇ ਜਗ੍ਹਾ ਹਨ ਜਿੱਥੇ ਸਾਡੇ ਮਾਤਾ ਵੈਸ਼ਨੋ ਦੇ ਵਿੱਚ ਸ਼ਰਧਾਲੂ ਆਉਂਦੇ ਨੇ, ਅਤੇ ਉਹਨਾਂ ਹੀ ਪਤਾ ਲੱਗਿਆ ਵੀ ਇਹ ਲਈ ਜਗ੍ਹਾ ਹਨ ਅਤੇ ਇੱਥੇ ਵੀ ਘੁੰਮਣ ਆਉਣ, ਕੰਨੇ ਬਾਬਾ ਭੋਲੇ ਕੰਨੇ ਜੁੜੀ ਦੀ ਆਸਥਾ ਵੀ ਹੈ, ਜਿਵੇਂ ਅਸੀਂ ਪਹਿਲੇ ਦੱਸਿਆ ਵੀ ਬੁੱਢਾ ਕੇਦਾਰਥ ਵੀ ਬਾਬਾ ਭੋਲੇ ਦਾ ਜਿਹੜੇ ਨੇ ਉਹ ਨਿਸ਼ਾਨ ਲੱਭਦੇ ਨੇ, ਉਹਦਾ ਜਿਹੜਾ ਗੁੱਟਣੇ ਦੇ ਦਰਸ਼ਨ ਹੁੰਦੇ ਨੇ। ਇੱਥੇ ਉਹ ਗੁਫਾ ਦੇ ਵਿੱਚ ਰੁਕੇ ਔਰ ਗੁਫਾ ਦੇ ਵਿੱਚ ਰੁਕੀ ਹੈ, ਹੁਣ ਇੱਥੇ ਨਿਕਲੀ ਹੈ, ਪਿੱਛੋਂ ਭਸਵਾਂ ਸੁਰ ਵੀ ਆਇਆ ਔਰ ਇੱਥੋਂ ਦਾ ਗਿਆ, ਫਿਰ ਉਹ ਸ਼ਿਵ ਖੋੜੀ ਗਏ ਨੇ। ਇਹ ਪ੍ਰਯਾਸ ਹੈ ਸਾਡੇ ਚੈਨਲ ਦਾ ਕਿ ਅਸੀਂ ਗੁਜ਼ਾਰਿਸ਼ ਵੀ ਕਰਦੇ ਹਾਂ ਪ੍ਰਸ਼ਾਸਨ ਅੱਗੇ ਕਿ ਇਸ ਇਲਾਕੇ ਕੀ ਅਗਰ ਸੜਕ ਸੰਪਰਕ ਨੇ ਜੁੜਿਆ ਜਾ ਅਤੇ ਕੰਨੇ ਕਿ ਇੱਥੋਂ ਦਾ ਅਗਰ ਰਸਤਾ ਨਿਕਲੀ ਤਾਂ ਨੱਥਾ ਟਾਪ ਵੀ ਪੁੱਜੀ ਜਾਂਦਾ, ਬੰਦਾ ਪੰਚਾਇਰੀ ਆਵੇ ਕੋਈ ਤਾਂ ਨੱਥਾ ਟਾਪ ਘੁੰਮੀਆ ਤੋਂ ਪੰਥ ਆਪਣੇ ਪਤਨੀ ਟਾਪ 'ਚ ਹੋਈ ਹੈ ਵੀ ਵਾਪਸ ਆਪਣੇ ਗੰਤਵੇ ਪਰ ਪੁੱਜ ਸਕਦਾ, ਅਤੇ ਇਹ ਪ੍ਰਯਾਸ ਸਾਡਾ ਹੁਣ ਇਸ ਇਲਾਕੇ ਦੀ ਹੋਰ ਟੋਹ ਲੈਂਦੇ ਹਾਂ, ਹੋਰ ਕਿਸ਼ ਲੱਭਦਾ ਉਹ ਵੀ ਤੁਹਾਡੇ ਤੱਕ ਪਹੁੰਚਾਉਣ ਦਾ ਪ੍ਰਯਾਸ ਕਰਨਾ। ਮੇਰੀ ਅੱਖੀ ਕੰਨੇ ਦੇਖੋ ਮੇਰੇ ਦੇਸ ਦਾ। ਦੋਸਤੋ ਇਸ ਜਗ੍ਹਾ ਪਰ ਕਈ ਲੋਕ ਸੈਰ ਸਪਾਟੇ ਵਾਸਤੇ ਵੀ ਆਉਂਦੇ ਨੇ, ਔਰ ਇੱਕ ਮਾਣੂ ਮੈਂ ਦੇਖਿਆ ਕਰਨਾ ਕਿ ਦੂਰ ਬਈਆ ਕੋਈ ਗੀਤ ਗੁਣਗਣਾ ਕਰਦੇ ਹੁੰਦੇ, ਕੰਨੇ ਵੀ ਗੱਲਬਾਤ ਕਰਨੇ। ਭਾਈ ਜੀ ਕੀ ਨਾਂ ਹੈ ਤੁਹਾਡਾ? ਸਰ ਮੇਰਾ ਨਾਮ ਸੁਭਾਸ਼ ਚੰਦਰ ਸ਼ਰਮਾ ਹੈ। ਸੁਭਾਸ਼ ਜੀ ਅੱਜ ਦੇਖਿਆ ਕਰਦੇ ਭਾਈ ਤੁਸੀਂ ਇਸ ਸ਼ਲੈਪੇ ਕੀ ਦੇਖੀ ਹੈ, ਖਾਸ ਕਰੀ ਖੂਬਸੂਰਤੀ ਕੀ ਇਸ ਜਗ੍ਹਾ ਕੀ ਦੇਖੀ ਹੈ, ਸੈਰ ਸਪਾਟੇ ਵਾਸਤੇ ਨਿਕਲੇ ਤਾਂ ਲੱਗਦੇ ਹੋ। ਸਰ ਥੈਂਕ ਯੂ, ਤੁਹਾਡਾ ਬਹੁਤ ਬਹੁਤ ਧੰਨਵਾਦ। ਐਕਚੁਲੀ ਅੱਜ ਸੰਡੇ ਦਾ ਦਿਨ ਹੈ ਤਾਂ ਬਸ ਸੈਰ ਸਪਾਟ ਕਰਨ ਵਾਸਤੇ ਥੋੜ੍ਹੇ 4-5 ਬੰਦੇ ਆਏ ਦੇ ਹੇ ਚੱਕਰ ਲੈਣ ਵਾਸਤੇ, ਤਾਂ ਤੁਸੀਂ ਵੀ ਦੇਖੇ ਵੀ ਆਪਣੇ ਕਵਰੇਜ ਸ਼ਾਇਦ ਕਰਾ ਦਿਓ ਕੋਈ ਕੁਛ, ਤਾਂ ਸਰ ਇਹ ਬਸ ਬੈਠੇ ਗੀਤ ਗੁਣਗੁਣਾ ਦੇ ਹੇ ਜਿਹੜਾ ਉਹ ਮੇਰੇ ਦਰਸ਼ਕਾਂ ਵਾਸਤੇ ਮੈਂ ਚਾਹ ਤੋਂ ਸੁਣਾਓ। ਸਰ ਮੈਂ ਕੋਈ ਪ੍ਰੋਫੈਸ਼ਨਲ ਸਿੰਗਰ ਨਹੀਂ ਹਾਂ, ਬਸ ਤੁਸ ਆਖੀ ਤਾਂ ਚਲੋ ਮੈਂ ਜੇ ਇੰਨੀਆਂ ਗੁਣਗੁਣਾਦਾ ਹਾਂ ਤਾਂ ਚਲੋ 2 ਲਾਈਨਾਂ ਸੁਣਾਉਣਾ ਦੱਸਾਂਗੀ ਜੀ। ਸਰ ਬੜਾ ਇੱਕ ਮੇਰਾ ਫੇਵਰੇਟ ਗਾਣਾ ਹੈ, ਇਸ਼ਾਰੋਂ ਇਸ਼ਾਰੋਂ ਮੈਂ ਦਿਲ ਲੈਣੇ ਵਾਲੇ ਬਤਾਏ ਹੁਨਰ ਤੂਨੇ ਸਿਖਾ ਕਹਾਂ ਸੇ ਨਿਗਾਹੋਂ ਨਿਗਾਹ
ਤੁਝੇ ਦਿਲ ਮੇਰੇ ਦਿਲ ਕੋ ਤੜਪਾ ਦਿਆ, ਯਹੀ ਥੀ ਵੋ ਜ਼ਾਲਿਮ ਅਦਾ, ਯਹੀ ਥੀ ਵੋ ਜ਼ਾਲਿਮ ਅਦਾ। ਥੈਂਕ ਯੂ ਸਰ। ਇਹ ਤਾਂ ਤੁਸੀਂ ਗਾਇਆ ਹਿੰਦੀ, ਅਗਰ ਮੈਂ ਆਖਾਂਗਾ ਭਾਈ ਆਪਣੀ ਮਾਤਰ ਭਾਸ਼ਾ ਦਾ ਵੀ ਕਰਜ਼ਾ ਚੁਕਾਉਣਾ, ਕੋਈ ਡੋਗਰੀ ਦੇ ਦੋ ਬੋਲ ਬੋਲਣੇ ਹੋਣ ਗੀਤਾਂ ਦੇ ਤਾਂ ਉਹ ਗੁਣਗੁਣਾ ਸਕਦੇ ਹੋ? ਸਰ ਡੋਗਰੀ ਗੀਤ ਕਾਫੀ ਸਾਰੇ ਨੇ, ਚਲੋ ਇੱਕ ਦੋ ਲਾਈਨ ਕੋਈ ਸੁਣਾਉਣਾ ਤੁਸੀਂ ਕਿ? ਬਿਲਕੁਲ। ਤਾਂ ਜਿਵੇਂ ਤੁਸੀਂ ਪਤਾ ਕਿ ਡੋਗਰੀ ਸਾਡੀ ਆਪਣੀ ਮਾਤਰ ਭਾਸ਼ਾ, ਡੋਗਰੀ ਮਿੱਠੀ ਹੈ, ਤਾਂ ਚਲੋ ਇਸ ਉੱਪਰ ਸੁਣਾਉਣਾ ਤੁਸੀਂ ਕਿ? ਹੋਏ ਮਿੱਠੜੀਏ, ਹੋਏ ਹੋਏ ਮਿੱਠੜੀਏ, ਡੋਗਰੇ ਦੀ ਬੋਲੀ ਤੇ ਖੰਡ ਮਿੱਠੇ ਲੋਕ ਡੋਗਰੇ, ਹੋਏ ਹੋਏ ਮਿੱਠੜੀਏ, ਡੋਗਰੇ ਦੀ ਬੋਲੀ ਤੇ ਖੰਡ ਮਿੱਠੇ ਲੋਕ ਡੋਗਰੇ। ਥੈਂਕ ਯੂ ਸਰ। ਬਿਲਕੁਲ, ਗੱਲ ਨਹੀਂ ਉਹ ਸਹਾਰਦੇ ਤੇ ਬੋਲ ਨਹੀਂ ਉਹ ਹਾਰਦੇ, ਦਿੰਦੇ ਜਵਾਨ ਤੋਲੀ ਤੋਲੀ ਤੇ ਖੰਡ ਮਿੱਠੇ ਲੋਕ ਡੋਗਰੇ। ਔਰ ਲੋਕ ਡੋਗਰੇ ਤਾਂ ਗੇ ਮਿੱਠੇ ਰਹੋਣੇ ਨਾ ਜੇ ਬੋਲੀ ਬੋਲਦੇ ਰਹੋਗੇ ਭਲੇ ਲੋਕੋ। ਅੱਜ ਡੋਗਰੀ ਭਾਸ਼ਾ ਛੱਡੀ ਹੈ, ਪਿਉਂਦੀ ਨਹੀਂ ਉਹ, ਆਪਣੀ ਮਾਤਰ ਭਾਸ਼ਾ ਦਾ ਭਰਪੂਰ ਇਸਤੇਮਾਲ ਕਰੋ। ਸਾਡਾ ਪ੍ਰਿਆਸ ਆ, ਅਸੀਂ ਕਈ ਵਾਰੀ ਨਾ ਲੱਗੇ ਤਾਂ ਤੁਹਾਨੂੰ ਜਗਾਉਣਾ ਹੀ, ਅਲੱਖ ਜਗਾ ਕਰਨਾ ਇਹ ਲਈ ਇਲਾਕੇ 'ਚ ਵੀ ਦੂਰ ਦੂਰ ਦਰਾਜ 'ਚ ਆਈ ਹੈ ਤਾਂ ਅਸ ਲੋਕਾਂ ਕਨੇ ਗੱਲ ਕਥ ਕਰਨੇ, ਉਹਦੇ ਮਨਾਂ ਦੀ ਗੱਲਾਂ ਤੁਹਾਡੇ ਤੱਕ ਪਹੁੰਚਾਉਂਦੇ ਹਾਂ। ਅਤੇ ਹੁਣ ਪ੍ਰਿਆਸ ਕਰਨੇ ਆ ਓਟੋ ਲੈਂਦੇ ਹਾਂ, ਔਰ ਕਿਸ਼ ਲੱਗਦਾ ਉਹ ਵੀ ਤੁਹਾਡੇ ਤੱਕ ਪਹੁੰਚਾਉਣ ਦਾ ਪ੍ਰਿਆਸ ਕਰਨੇ। ਮੇਰੀ ਅੱਖੀ ਕੰਨੇ ਦੇਖੋ, ਮੇਰੇ ਦੇਸ ਦਾ ਸ਼ਲੇਪਾ, ਮੇਰੀ ਅੱਖੀ ਕੰਨੇ ਦੇਖ। ਦੋਸਤੋ, ਪਹਾੜੀ ਗ੍ਰਾਈਂ ਜੀਵਨ ਤੁਸੀਂ ਦੇਖਿਆ ਕਰਦੇ। ਇਸ ਜੀਵਨ ਦੇ ਵਿੱਚ ਜਿਹੜੀ ਦਿਨ ਚਰਿਆ ਸ਼ੁਰੂ ਹੁੰਦੀ ਹੈ, ਸ਼ਾਹ ਛੋਲਣੇ ਕੋਲ ਸ਼ੁਰੂ ਹੁੰਦਾ ਕੰਮ, ਤੋਂ ਹੀ ਅਸੀਂ ਦੇਖਿਆ ਕਰਨੇ ਇੱਕ ਨਾਰ ਜਿਹੜੀ ਹੈ ਉਹ ਦਾਣੇ ਛੱਟਾ ਦੀਆਂ ਕੁੱਕੜੀਆਂ ਉਹਨੇ ਕੋੜੀ ਦੀਆਂ ਅਤੇ ਉਹ ਦਾਣੇ ਛੱਟਾ ਕਰਦੀਆਂ ਅਤੇ ਕੰਨੇ ਕੇ ਬੱਚੇ ਪਈ ਹੈ ਪੜ੍ਹਾਈ ਵੀ ਕਰਾ ਕਰਦੇ। ਸੱਚਮੁੱਚ ਇੰਨੀ ਉੱਚੀ ਪਹਾੜੀ ਦਾ ਉੱਪਰ ਜਿਹੜਾ ਪਹਾੜੀ ਲੋਕਾਂ ਦਾ ਜੀਵਨ ਹੈ, ਕੋਈ ਖੇਤਰਾਂ 'ਚ ਕੰਮ ਕਰਾ ਕਰਦਾ ਔਰ ਨਾਰਾਂ ਘਰ ਬਈਏ ਆਪਣਾ ਇਹ ਦਾਣੇ ਜੀਆਂ ਸਮੇਟਣੇ ਨੇ ਸਾਂਭਣੇ ਨੇ। ਔਰ ਸ਼ਾਹ ਛੋਲਣੀ ਇਹ ਦਿਨ ਚਰਿਆ ਦੀ ਸ਼ੁਰੂਆਤ ਹੁੰਦੀ ਹੈ ਗ੍ਰਹਿ ਜੀਵਨ ਦੀ। ਮੇਰੀ ਅੱਖੀ ਕੰਨੇ ਦੇਖੋ, ਮੇਰੇ ਦੇਸ ਦਾ ਸ਼ਲੇਪਾ, ਮੇਰੀ ਅੱਖੀ ਕੰਨੇ। ਓ ਕਾਲਾ ਕਾਲਾ ਕੋਟ ਮੇਰੇ ਦੇਣੇ, ਹਾਂ।
ਕਾਲਾ ਕਾਲਾ ਕੋਟ ਮੇਰੇ ਦਰਜੀ ਕਾਲੇ ਧਾਗੇ ਸੀਨਾ ਹੋ। ਦੋਸਤੋ, ਖਾਸ ਕਰੀਏ ਖੁਸ਼ੀ ਦਾ ਤਿਹਾੜੇ ਹੋਇਆ ਅਤੇ ਇਹ ਲਏ ਗੀਤੜੂ ਜਿਹੜੇ ਵੱਜਦੇ ਨੇ ਔਰ ਜਿਹੜੇ ਗੀਤ ਗਾ ਕਰਦੇ ਹੁੰਦੇ ਨੇ, ਗੱਲ ਕਥ ਕਰਨੇ ਭਾਈ ਜੀ, ਕੀ ਨਾਂ ਹੈ ਤੁਹਾਡਾ? ਸਰ, ਮੇਰਾ ਨਾਂ ਅਜੀਤ ਕੁਮਾਰ ਹੈ। ਅਜੀਤ ਜੀ, ਪਹਾੜੀਆਂ ਦੀ ਖੂਬਸੂਰਤੀ ਅਤੇ ਪਹਾੜੀਆਂ ਵੱਡੀ ਵੱਡੀਆਂ ਜਿਹੜੀਆਂ ਅਸੀਂ ਦਿਖਾਉਣੇ, ਵੱਡੇ ਵੱਡੇ ਰੁੱਖ ਬੂਟੇ ਨੇ ਔਰ ਪਹਾੜੀ ਜਿਹੜੀ ਸ਼ੈਲੀ ਹੈ ਗੀਤਾਂ ਦੀ ਉਹ ਵੀ ਬੜੀ ਨਿਰਾਲੀ ਗੀਤ ਹੁੰਦੇ ਨੇ, ਉਹਦੇ ਪਰ ਨੱਚੀ ਹੈ ਅਤੇ ਬੜੇ ਖੁਸ਼ੀਆਂ ਮਨਾਉਂਦੇ ਨੇ। ਅੱਜ ਖੁਸ਼ੀ ਦਾ ਤਿਹਾੜਾ, ਅੱਜ ਕੀ ਮਾਣਾ ਚਾਹ ਨਿਕਲਿਆ ਪਿਆ ਅੱਜ ਆਪਣੇ ਸੰਸਕ੍ਰਿਤਿਕ ਗੀਤ ਗਾ ਚ? ਸਰ, ਸਾਰੇ ਕੋਲ ਮਤਾਂ ਦਾ ਸ਼ੁਕਰੀਆ ਕਰਨਾ ਕਿ ਤੁਸੀਂ ਸਾਡੇ ਗ੍ਰਾਂ 'ਚ ਆਏ ਅਤੇ ਸਾਡੀ ਜੇ ਕਿ ਸੰਸਕ੍ਰਿਤੀ ਤੁਸੀਂ ਅੱਗੇ ਲਾਉਣੇ ਦੇ ਕੀਤਾ ਕਿ ਜੇਕਰ ਸਾਡਾ ਕਾਲਾ ਕਾਲਾ ਕੋਟ ਹੈ ਕਿ ਜ਼ਿਆਦਾਤਰ ਗ੍ਰਾਂ 'ਚ ਇਹੀ ਚੱਲਦਾ ਤਾਂ ਅਸੀਂ ਵੀ ਸੋਚਿਆ ਕਿ ਗ੍ਰਾਂ ਦੇ ਆਪਣੀ ਖੁਸ਼ੀ ਜ਼ਾਹਿਰ ਕਰਨ ਵਾਸਤੇ ਕਾਲਾ ਕਾਲਾ ਕੋਟ ਗਾਚਾ। ਹਰ ਗ੍ਰਾਂ 'ਚ ਇੱਕ ਚਮਲ ਲਹਿਰੀ ਪੈਦਾ ਹੋਣਾ ਚਾਹੀਦਾ। ਹਾਂ, ਮੈਂ ਗ੍ਰਾਂ ਦੇ ਲੋਕਾਂ ਇਹ ਅਪੀਲ ਕਰਨਾ ਕਿ ਹਰ ਇੱਕ ਜਾਂ ਆਪਣਾ ਕਲਚਰ ਕਿ ਤੁਸੀਂ ਅੱਗੇ ਵਧਾਉਣ ਵਾਸਤੇ ਅੱਗੇ ਆਉਣਾ। ਕੁਛ ਸਾਡੇ ਗ੍ਰਾਂ ਦੇ ਐਸੇ ਲੋਕ ਵੀ ਹਨ ਕਿ ਡਰ ਦੀ ਵਜ੍ਹਾ ਕਾਰਨ ਅੱਗੇ ਨਹੀਂ ਆਉਂਦੇ। ਲੇਕਿਨ ਡਰ ਨਿਕਲਦਾ ਜਿਲ੍ਹਾ ਇੱਕ ਵਾਰੀ ਕੋਈ ਪਲੇਟਫਾਰਮ 'ਚ ਸਾਹਮਣੇ ਆਈ ਆ ਅਤੇ ਫਿਰ ਉਹ ਬਾਅਦ 'ਚ ਅੱਛਾ ਕਲਾਕਾਰ ਵੀ ਬਣ ਸਕਦਾ। ਹਾਂਜੀ ਹਾਂਜੀ ਹਾਂਜੀ। ਹੁਣ ਸਾਰਾ ਕੋਸ਼ਿਸ਼ ਕਰਨੀ ਹੈ ਆਪਣੀ ਤਰਫਾ ਕਿ ਅੱਗੇ ਆਉਣ ਦੀ ਕੋਸ਼ਿਸ਼ ਕਰਨੀ ਹੈ ਕਿ ਡਰ ਕੁਛ ਨਹੀਂ ਹੁੰਦਾ, ਖਾਲੀ ਮਨ ਦਾ ਡਰ ਹੁੰਦਾ, ਬਾਕੀ ਹੋਰ ਕੁਛ ਨਹੀਂ ਹੁੰਦਾ। ਬਿਲਕੁਲ, ਆਪਣੀ ਸੰਸਕ੍ਰਿਤੀ ਅੱਗੇ ਲਾਉਣ ਵਾਸਤੇ ਸਾਰੇ ਜਣੇ ਅੱਗੇ ਆਉਣਾ ਚਾਹੀਦਾ। ਬਿਲਕੁਲ ਸੱਚ ਗਲਾ ਕਰਦੇ ਹਾਂ ਦੋਸਤੋ, ਇੱਕ ਹੋਰ ਸੋਹਣਾ ਜਿਹਾ ਗੀਤ ਸੁਣਿਆ, ਫਿਰ ਕੁਛ ਹੋਰ ਮਨ ਟਟੋਲੇ ਹੁੰਦੇ, ਮਨ ਦੀ ਗੱਲ ਵੀ ਤੁਹਾਡੇ ਤੱਕ ਪਹੁੰਚਾਉਣ ਦਾ ਪ੍ਰਯਾਸ ਕਰਨਾ। ਕੈਸਾ ਲੱਗਾ ਗੋਰੀਏ ਪਹਾੜਾਂ ਦਾ ਵਸਣਾ। ਦੋਸਤੋ, ਅੱਜ ਪਹਾੜੇ ਦੇ ਵਿੱਚ ਗਾਈ ਆ, ਅਸੀਂ ਪਹਾੜੇ ਦੀ ਸੰਸਕ੍ਰਿਤਿਕ ਦਰੋਹ ਜਿਹੜੀ ਤੁਹਾਡੇ ਤੱਕ ਪਹੁੰਚਾਉਣ ਦਾ ਪ੍ਰਯਾਸ ਕਰਿਆ ਕਰਨੇ ਔਰ ਜਿਹੜੇ ਮਾਣੂ ਇਹ ਗੀਤ ਗਾਈ ਹੈ ਆਪਣਾ ਨਾਚ ਵੀ ਕਰਿਆ ਕਰਦੇ ਹੁੰਦੇ ਕਿ ਗੱਲ ਕਥ ਕਰਨੇ ਭਾਈ ਜੀ, ਕੀ ਨਾਂ ਹੈ ਤੁਹਾਡਾ? ਜੀ, ਮੇਰਾ ਨਾਂ ਸੰਜੇ ਕੁਮਾਰ ਹੈ। ਸੰਜੇ ਕੁਮਾਰ ਜੀ,
ਪਹਾੜੀ ਜੀਵਨ ਅਗਰ ਗੱਲ ਕੀਤੀ ਜਾ, ਰੌਣਾ ਹੋਇਆ ਤੇ ਦੁੱਖ ਤਕਲੀਫਾਂ ਬੜੀਆਂ ਹੁੰਦੀਆਂ, ਤੇ ਸੈਰ ਸਪਾਟੇ ਪਰ ਆਉਣਾ ਤੇ ਪਹਾੜੇ ਜਾਂ ਕੋਈ ਨਹੀਂ ਜੀ ਜੀ, ਤੇ ਤੁਸੀਂ ਪਹਾੜੇ 'ਚ ਰਹਿੰਦੇ ਹੋ? ਬਿਲਕੁਲ, ਜਿਵੇਂ ਤੁਸੀਂ ਆਖਿਆ ਕਿ ਅਗਰ ਪਹਾੜੇ ਦੀ ਮੁਸ਼ਕਿਲਾਂ ਬੜੀਆਂ ਸਾਰੀਆਂ ਆਉਂਦੀਆਂ ਨਾ, ਪਰ ਪਹਾੜੇ ਜਿਹੜਾ ਜੀਣਾ ਨਹੀਂ ਮਿਲ ਸਕਦਾ ਅਗਰ ਜੀਣ ਆਖਿਆ ਜਾਂਦਾ ਤਾਂ ਪਹਾੜੇ ਦਾ, ਪਹਾੜੇ ਦਾ ਬਿਲਕੁਲ ਸ਼ਹਿਰੇ ਤੋਂ ਚਲੀ ਜਾ, ਉਸ ਗਰਮੀ ਕਿੰਨਾ ਬੁਰਾ ਹਾਲ ਹੈ, ਪਰ ਜਿਵੇਂ ਇੱਥੇ ਆਉਂਦੇ ਤੁਸੀਂ ਕਿੰਨਾ ਠੰਡਾ ਮੌਸਮ ਤੁਸੀਂ ਇੱਥੇ ਲੱਭਣੇ ਮਿਲਦਾ ਹੈ। ਬਿਲਕੁਲ ਸੱਚ ਗੱਲ ਕਰਦੇ, ਔਰ ਪਹਾੜੇ 'ਚ ਪਾਣੀ ਵੀ ਜਿਹੜਾ ਕੁਦਰਤੀ ਅਸ ਦਿਖਣੇ ਚਸ਼ਮੇ 'ਚ ਪਾਣੀ ਆਉਂਦਾ, ਅਤੇ ਸ਼ਹਿਰਾਂ 'ਚ ਜਾਣਾ 20 ਰੁਪਏ ਦੀ ਬੰਦ ਬੋਤਲ, ਉਹ ਵੀ ਪਤਾ ਨਹੀਂ ਪਰ ਸਵੱਛ ਹੈ ਜਾਂ ਨਹੀਂ ਹੈ। ਇੱਥੇ ਜਿਹੜਾ ਪਾਣੀ ਤੁਸੀਂ ਬੜਾ ਸ਼ੈਲ ਮਿਲਣਾ, ਜਿਵੇਂ ਤੁਸੀਂ ਇੱਥੇ ਦੇਖਿਆ ਹੋਵੇਗੇ ਚਸ਼ਮੇ ਦਾ ਪਾਣੀ ਮਿਲਦਾ ਇੱਥੇ ਮੈਕਸੀਮਮ, ਕੋਈ ਉਹ ਨਹੀਂ ਹੈ ਕਿ ਅਸਾਂ ਕੋਈ ਨਾਲੇ ਦਾ ਪਾਣੀ ਕਰੀਏ ਫਿਲਟਰ ਕਰੀਏ ਆਦਾ, ਉਹ ਨਹੀਂ ਐਸਾ ਨਹੀਂ, ਬੜਾ ਅੱਛਾ ਪਾਣੀ ਮਿਲਣਾ ਇੱਥੇ, ਅਸੀਂ ਮੌਸਮ ਜਿਹੜਾ ਇੱਥੇ ਦਾ ਬੜਾ ਅੱਛਾ ਹੈ। ਇੱਕ ਚੀਜ਼ ਮੈਂ ਤੁਹਾਡੇ ਪੁੱਛਣਾ ਚਾਹੁੰਦਾ, ਜਿਵੇਂ ਅੱਜ ਅਸੀਂ ਦੇਖਣੇ ਪੁਰਾਣੇ ਅਸ ਬਜ਼ੁਰਗ ਹੈ, ਉਹ ਆਪਣੀ ਭਾਸ਼ਾ ਗੀ ਤੋਂ ਆਪਣੀ ਸੰਸਕ੍ਰਿਤਿਕ ਦਰੋਹਰੀ ਕਦੇ ਨਹੀਂ ਭੁੱਲਦੇ, ਅੱਜ ਨਵੀਂ ਪੀੜ੍ਹੀ ਹੈ, ਭਾਵੇਂ ਗ੍ਰਾਂ ਦੇਖੋ ਜਾਂ ਪਹਾੜੀ ਇਲਾਕੇ ਦੇ ਵੀ ਗ੍ਰਾਂ 'ਚ ਦੇਖਿਆ ਅਸੀਂ, ਬੱਚੇ ਜਿਹੜੇ ਨੂੰ ਉਹਨੇ ਹਿੰਦੀ ਬੋਲਣ ਪ੍ਰਯਾਸ ਕਰਿਆ ਕਰਦੇ, ਅਗਰ ਅਸ ਡੋਗਰੇ ਡੋਗਰੀ ਨਹੀਂ ਬੋਲ ਗਏ ਤਾਂ ਡੋਗਰੀ ਬੋਲਣ ਵਾਲੇ ਕੋਈ ਕਿਰਾਏ ਪਰ ਆਉਣ? ਨਹੀਂ ਨਹੀਂ, ਦੇਖੋ ਅੱਜ ਕੱਲ੍ਹ ਕੀ ਹੈ ਕਿ ਸ਼ਹਿਰਾਂ 'ਚ ਬੜੀ ਘੱਟ ਹਿੰਦੀ, ਜਿਹੜੀ ਹਿੰਦੀ ਚਲਾਦੀ ਜ਼ਿਆਦਾ, ਅਤੇ ਗ੍ਰਾਂ 'ਚ ਵੀ ਦੇਖੀਏ ਕਿ ਬੱਚੇ ਕੀ ਕਰਦੇ ਕਿ ਸ਼ਰਮ ਕਰਦੇ ਡੋਗਰੀ ਬੋਲਣੇ। ਅੱਜ ਕੱਲ੍ਹ ਐਸਾ ਨਹੀਂ ਹੈ, ਥੋੜ੍ਹਾ ਅਸੀਂ ਪ੍ਰਮੋਟ ਹੋਆ ਦੀ ਅੱਜ ਕੱਲ੍ਹ ਡੋਗਰੀ ਸਾਡੀ, ਪਰ ਪੀ ਵੀ ਕਿ ਗ੍ਰਾਂ 'ਚ ਐਸਾ ਕਿ ਬੱਚੇ ਸ਼ਰਮ ਕਰਦੇ ਡੋਗਰੀ ਬੋਲਣੇ। ਅੱਜ ਮੈਂ ਇੱਕ ਚੀਜ਼ ਹੋਰ ਦਿਖਾਉਣਾ ਤੁਹਾਡਾ, ਇੱਥੇ ਵਿਆਹ ਰੰਬੇ ਦਾ, ਹਾਂਜੀ, ਔਰ ਜਿਹੜੇ ਵਿਆਹ ਗ੍ਰਾਂਈ ਵਿਆਹ ਹੁੰਦੇ ਨੇ, ਸਹੀ ਮਜ਼ਾ ਉਹਦੇ ਤੋਂ ਹੁੰਦਾ, ਜਿਹੜੀ ਉਹ ਦਾਲ ਭੱਤ ਮਾਣੀ ਸਗਲੇ ਦਾ ਖਾਣਾ, ਅਤੇ ਸ਼ਹਿਰਾਂ 'ਚ ਤਾਂ ਉਹ ਆਈਏ ਤਾਂ ਬਈ ਆਖਦੇ ਬਈ ਵੱਡੇ ਵੱਡੇ ਬਹਿਰਾਂ ਹੀ ਸੱਦੀਏ ਅਤੇ ਸਟਾਲ ਗਏ ਲੱਗਦੇ, ਉਹ ਮਜ਼ਾ ਆਉਂਦਾ ਜਾਂ ਆਪਣੇ ਇਹ ਜਿਹੜੇ ਕੁਦਰਤੀ ਆਸੇ? ਸਾਡੇ ਗ੍ਰਾਂ 'ਚ ਜਿਹੜਾ ਦੇਖੋ ਡਾਹਣ ਕੱਢੀ ਆ, ਚੌਲ ਇੱਥੇ ਬਣਦੀ, ਸਬਜ਼ੀ ਬਣਦੀ ਹੈ, ਦਾਲ ਬਣਦੀ ਹੈ, ਅਤੇ ਡਾਹਣ ਦੀ ਉਹ ਚੀਜ਼ ਦਾ ਜਿਹੜਾ ਸਗਲੇ 'ਚ ਸਵਾਦ ਬਣਨਾ, ਉਹ ਸ਼ਹਿਰਾਂ 'ਚ ਉਸ ਚੀਜ਼ 'ਚ ਨਹੀਂ ਮਿਲ ਸਕਦਾ ਉਸੇਗੀ, ਅਤੇ ਗ੍ਰਾਂ 'ਚ ਬਾਕੀ ਜਿਹੜੀ ਡੋਗਰੀ ਦੀ ਭਾਸ਼ਾ ਦੀ ਗੱਲ ਕਰਾਂ ਤਾਂ ਕਿ ਮੈਂ ਸਾਰਿਆਂ ਅੱਗੇ ਇਹ ਆਖਣਾ ਕਿ ਆਪਣੇ ਬੱਚੇ ਕੀ ਡੋਗਰੀ ਬੋਲਣ 'ਚ ਕੋਈ ਹੁਣ ਸ਼ਰਮ ਨਹੀਂ ਹੈ, ਆਪਣੀ ਭਾਸ਼ਾ ਅਗਰ ਮਾਤਰ ਭਾਸ਼ਾ ਸਾਡੀ ਨਹੀਂ ਬੋਲਗੇ ਤਾਂ ਸਾਡੀ ਪਹਿਚਾਣ ਜਿਹੜੀ ਉਹ ਨਹੀਂ ਬਣਨੀ ਹੈ। ਆਖਦੇ ਨੇ ਮੁਫਤ ਭਾਸ਼ਾ ਜਿਹੜੀ ਹੈ ਉਹ ਮਾਂ ਪਿਓ ਦੀ ਗੋਦੀ ਪਈ ਹੈ ਜਾਂ ਦਾਦੀ ਦਾਦੀ ਦੀ ਗੋਦੀ ਪਈ ਹੈ, ਆਪਣੀ ਮਾਤਰ ਭਾਸ਼ਾ ਲੱਭਦੀ, ਪੈਸੇ ਖਰਚੇ ਤੁਸੀਂ ਕੋਈ ਵੀ ਸਿੱਖੀ, ਪਰ ਜਿਹੜੀ ਮੁਫਤ ਨਹੀਂ ਸਿੱਖੀ ਬਾਅਦ 'ਚ ਪੈਸੇ ਦੇਈਏ ਉਹ ਨਹੀਂ, ਉਹ ਚੀਜ਼ ਨਹੀਂ ਆ ਸਕਦੀ। ਅਗਰ ਜਿਵੇਂ ਸਾਡੇ ਗ੍ਰਾਂ ਦੀ ਗੱਲ ਕਰਦੇ, ਦਾਦਾ ਦਾਦੀ ਜਿਹੜੀ ਭਾਸ਼ਾ ਬੋਲਦੇ ਡੋਗਰੀ, ਅੱਜ ਸਿਟੀ 'ਚ ਚਲੀ ਜਾਓ, ਉਹ ਚੀਜ਼ ਨਹੀਂ ਬੋਲੀ ਸਕਦੇ। ਅਗਰ ਕਿਸੇ ਕੋਲ ਸਿੱਖਦੇ ਟਿਊਸ਼ਨ ਲੱਗ ਗਏ, ਉਹ ਚੀਜ਼ ਨਹੀਂ ਆ ਸਕਦੀ ਜਿਹੜੀ ਕਿ ਮਾਂ ਪਿਓ ਕੋਲ ਦਾਦੀ ਦਾਦਾ ਕੋਲ ਸਿੱਖ ਸਕਦੇ ਹਾਂ। ਬੱਚੇ ਮੈਕਸਿਮਮ ਕਿ ਆਪਣੇ ਡੋਗਰੀ ਜਿਹੜੀ ਸਿੱਖਦੇ ਦਾਦਾ ਦਾਦੀ ਕੋਲ ਜ਼ਿਆਦਾ ਸਿੱਖਣੇ ਕੀ ਮਿਲਦਾ, ਪਰ ਅੱਜ ਕੱਲ੍ਹ ਮਾਂ ਪਿਓ ਦਾਦੀ ਦਾਦੇ ਕੋਲ ਜਾਣ ਨਹੀਂ ਦਿੰਦੇ, ਵੰਡ ਕੇ ਪਈ ਦੀ ਅੱਜ ਕੱਲ੍ਹ, ਅਗਰ ਘਰਾਂ 'ਚ 4 ਜੀ ਨੇ ਤਾਂ 4 ਵੱਖਰੇ ਕੇ ਬੱਸਾਂ ਦੇ, ਉਹ ਗੱਲ ਹੋਈ ਦੀ ਅੱਜ ਕੱਲ੍ਹ ਦਾ ਜਿਹੜਾ ਸਿਸਟਮ ਕਿ ਬੱਚੇ ਪੜ੍ਹਨ ਵਾਸਤੇ ਬਾਹਰ ਚਲੀਏ ਅਤੇ ਉਸ ਵਜ੍ਹਾ ਕਰਨਾ ਥੋੜ੍ਹਾ ਹੋਇਆ, ਪਰ ਪੀ ਵੀ ਹੈਗੇ ਜਿਹੜੇ ਦਾਦਾ ਦਾਦੀ ਕੋਲ ਬੱਚੇ ਰਹਿੰਦੇ ਤਾਂ ਸਿੱਖਾ ਦੇ ਡੋਗਰੀ, ਐਸੇ ਸਾਡੇ ਘਰ ਦੇ ਬੱਚੇ ਕਹਿਣ ਬੋਲਾਂ ਦੇ ਅੱਛੀ ਡੋਗਰੀ, ਅਤੇ ਸਾਰਿਆਂ ਕਈ ਅਪੀਲ ਕਰਕੇ ਕਿ ਆਪਣੇ ਬੱਚੇ ਡੋਗਰੀ ਸਿਖਾਓ, ਮਾਤਰ ਭਾਸ਼ਾ ਸਾਡੀ, ਇਹਦੇ ਕਰਨਾ ਸਾਡੀ ਪਹਿਚਾਣ ਹੈ। ਸ਼ੌਕ ਰਿਹਾ ਕਦੇ ਤੁਹਾਨੂੰ ਵੀ ਗਾਣੇ ਦਾ ਆਪਣੇ ਪ੍ਰਾਪਰਟੀ ਕਿ ਜਿਹੜੇ ਅਸ ਇਕੱਲੇ ਕੋਈ ਗੀਤ ਗਾਣਾ ਹੋਵੇ ਜਾਂ ਕੁਛ? ਮੈਂ ਤੁਸੀਂ ਬੇਸਿਕਲੀ ਦੱਸਾਂ, ਮੈਂ ਇੱਕ ਮਿਊਜ਼ਿਕ ਟੀਚਰ ਹੈ ਇਸਲੇ। ਜੀ ਜੀ, ਤਾਂ ਤਾਂ ਬੜੀ ਅੱਛੀ ਗੱਲ ਹੈ। ਹਾਂਜੀ ਹਾਂਜੀ, ਅਤੇ ਮਿਊਜ਼ਿਕ 'ਚ ਮੈਂ ਮਾਸਟਰ ਕੀਤੀ ਇਹਦੇ 'ਚ, ਇੰਡੀਅਨ ਕਲਾਸੀਕਲ ਮਿਊਜ਼ਿਕ 'ਚ। ਅਗਰ ਇੱਕ ਇਕੱਲਾ ਗੀਤ ਮੈਂ ਤੁਹਾਡੇ ਨਾਲ ਸੁਣਨਾ ਚਾਹਾਂ ਕੋਈ ਅੱਛਾ ਸਾਡੇ ਦਰਸ਼ਕਾਂ ਲਈ, ਡੋਗਰੀ ਸੁਣਾਉਣਾ ਚਾਹ? ਡੋਗਰੀ ਗੱਲ, ਡੋਗਰੀ ਚੱਲਦੀ ਹੈ, ਡੋਗਰੀ ਕੇ ਚੱਲਦੀ ਹੈ। ਠੀਕ ਹੈ, ਸੁਣਾਓ। ਇੱਕ ਡੋਗਰੀ ਗਾਣਾ ਹੈ, ਡੋਗਰੀ ਫੋਕ ਹੈ ਸਾਡਾ, ਅਤੇ ਉਹ ਸੁਣਾਉਣਾ ਅਸੀਂ। ਨਹੀਂ ਕਰ ਗੋਰੀਏ ਮੈਲੀਆਂ ਅੱਖੀਆਂ, ਕੱਲ ਪਰਦੇਸੀਆਂ ਟੁਰਿਓ ਜਾਣਾ। ਨਹੀਂ ਕਰ ਗੋਰੀਏ ਮੈਲੀਆਂ ਅੱਖੀਆਂ, ਕੱਲ ਪਰਦੇਸੀਆਂ ਟੁਰਿਓ ਜਾਣਾ। ਸ਼ੌਕਾਰ ਕਰ ਦੇਣ ਸ਼ੌਕਾਰੀਆਂ,
ਸ਼ਾਹੂਕਾਰ ਕਰ ਦੇਣ ਸ਼ਾਹੂਕਾਰਿਆਂ ਆਸ਼ਕ ਮਾਨੂੰ ਮੈਂ ਮੰਗਿਓ ਖਾਣਾ ਨਹੀਂ ਕਰ ਗੋਰੀ ਮੈਲੀਆਂ ਅੱਖੀਆਂ ਕੱਲ ਪਰਦੇਸੀਏ ਤੁਰਿਓ ਜਾਣਾ ਕੁੰਨੇ ਜੀਣਾ ਕੁੰਨੇ ਮਰਨਾ ਭਾਗ ਦੀਆਂ ਗੱਲਾਂ ਕੁੰਨੇ ਜੀਣਾ ਕੁੰਨੇ ਮਰਨਾ ਭਾਗ ਦੀਆਂ ਗੱਲਾਂ ਹੋ ਕੁੰਨੇ ਜੀਣਾ ਕੁੰਨੇ ਮਰਨਾ ਭਾਗ ਦੀਆਂ ਗੱਲਾਂ ਭਾਗ ਜਿਹੜਾ ਲਿਖਿਆ ਥੋਈ ਹੋ ਜਾਣਾ ਨਹੀਂ ਕਰ ਗੋਰੀ ਮੈਲੀਆਂ ਅੱਖੀਆਂ ਕੱਲ ਪਰਦੇਸੀਏ ਤੁਰੀ ਹੋ ਜਾਣਾ ਬੜਾ ਸ਼ੈਲ ਤੁਸੀਂ ਆਪਣੇ ਵਿਰਸੇ ਗੀ ਸੰਭਾਲਣ ਦਾ ਪ੍ਰਯਾਸ ਕਰਿਆ ਕਰਦੇ ਕੋਈ ਆਪਣਾ ਚੈਨਲ ਵੀ ਬਣਾ ਦੇ ਅੱਜ ਕੱਲ੍ਹ ਜਿਹੜਾ ਵੀ ਗਾਉਂਦਾ ਤੂੰ ਆਪਣਾ ਚੈਨਲ ਬਣਾਈਏ ਕਿਉਂਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਅੱਜ ਫਟਕ ਕਿਤੇ ਆਪਣਾ ਹਾਈਪ ਮਿਲੀ ਹੁੰਦੀ ਹੈ ਕਿਆ ਤੁਸੀਂ ਵੀ ਕੋਈ ਆਪਣਾ ਬਣਾਇਆ ਚੈਨਲ ਮੇਰਾ ਬਣਾਇਆ ਦਾ ਉਦੋਂ ਪਰ ਬੇਸਿਕਲੀ ਮੈਂ ਡੋਗਰੀ ਦਾ ਕੋਈ ਪ੍ਰੋਜੈਕਟ ਕੀਤਾ ਨਹੀਂ ਹੈ ਹਿੰਦੀ ਦੇ ਗਾਣੇ ਕਿੱਥੇ ਮੈਂ ਕਵਰ ਕਰਦੇ ਨਾ ਜੀ ਹਾਂ ਉਹ ਕੀਤਾ ਮੈਂ ਕਿ ਬਾਰੀ ਸੌਂਗ ਆ ਪੰਜਾਬੀ ਗਾਣਾ ਬਾਰੀ ਬਾਈ ਸੰਜੇ ਸ਼ਰਮਾ ਕਰੀ ਅਗਰ ਕੋਈ ਸਰਚ ਕਰੇ ਤਾਂ ਉਹਦੇ ਉੱਪਰ ਮੇਰਾ ਚੈਨਲ ਮਿਲ ਜਾਣਾ ਦੋ ਬੋਲ ਉਹਦੇ ਵੀ ਅਸ ਆਪਣੇ ਦਰਸ਼ਕਾਂ ਲਈ ਲੱਭੀ ਜਾਣ ਜਿਹੜੇ ਸਰਚ ਕਰਨਾ ਉਹ ਤਾਂ ਪਤਾ ਲੱਗੇ ਹਾਂਜੀ ਹਾਂਜੀ ਬਾਰੀ ਉਹਦਾ ਮੈਂ ਕਿ ਐਕਚੁਅਲੀ ਬੋਲ ਯਾਦ ਨਹੀਂ ਆਵਾ ਦੇ ਨਾ ਅਗਰ ਚਲੋ ਕੋਈ ਗੱਲ ਨਹੀਂ ਪਰ ਤੁਹਾਡੇ ਜਿਹੜਾ YouTube ਚੈਨਲ ਪਰ ਸਰਚ ਕਰਨ ਬੱਚੇ ਦੀ ਬਾਰੀ ਸੌਂਗ ਸਰਚ ਕਰੀਏ ਬਾਰੀ ਸੌਂਗ ਬਾਈ ਸੰਜੇ ਸ਼ਰਮਾ ਕਰੀਏ ਆਈ ਜਾਣਾ ਉਹਦੇ ਉੱਪਰ ਚਲੋ ਸੰਜੇ ਜੀ ਸਾਡੀ ਤਰਫਾਂ ਵੀ ਤੁਹਾਨੂੰ ਅਸ ਆਖਣੇ ਮੁਬਾਰਕਬਾਦ ਦਿੰਦੇ ਹਾਂ ਕਿ ਤੁਸੀਂ ਜਲਦੀ ਆਪਣੇ ਵਿਰਸੇ ਗਈ ਅੱਗੇ ਵਧਾਓ ਔਰ ਖਾਸ ਕਰੀਏ ਜਿਹੜੇ ਬੱਚੇ ਕੀ ਤੁਸੀਂ ਸਿਖਾ ਦਿਓ ਉਹ ਇੱਕ ਬੜਾ ਵੱਡਾ ਇੱਕ ਵਿਰਸਾ ਜਿਹੜਾ ਸੰਭਾਲਣ ਦਾ ਮੌਕਾ ਮਿਲਿਆ ਕਰਦਾ ਅਤੇ ਸੰਸਕ੍ਰਿਤਿਕ ਰੰਗ ਬੱਜੇ ਦਾ ਮੇਰੇ ਖਿਆਲ 'ਚ ਹੋਰ ਵੀ ਹੈ ਕੋਈ ਗਾਣੇ ਦੀ ਉਮੀਦ ਜਾਂ ਨਾਰਾ ਵੀ ਹੈ ਮੇਰੇ ਖਿਆਲ 'ਚ ਉਹਨੇ ਵੀ ਗਾਣੇ ਨਹੀਂ ਹੋਰ ਸੁਣਾਉਂਦੇ ਤੁਸੀਂ ਅਗਰ ਚਾਹੁੰਦੇ ਸੁਣਾਓ ਡੋਗਰੀ ਗਾਣਾ ਸੁਣਾਉਂਦੇ ਸੁਣਾਓ ਸਾਰੇ ਨੱਚੀ ਗਾਣੇ ਜਾਂ ਇਕੱਲੇ ਗਾਣੇ ਇੱਕ ਮੇਰੇ ਵੱਡੇ ਭਰਾ ਨਾਲ ਡੋਗਰੀ ਗਾਉਂਦੇ ਨਾ ਉਹਦਾ ਚੈਨਲ ਆਪਣਾ ਡੋਗਰੀ ਮਖੀਰ ਮਿੱਠੀ ਉਹਦਾ ਗਾਣਾ ਲਿਖਿਆ ਦਾ ਸੁਣਾਉਣਾ ਉਹਦਾ ਨਾਮ ਮੋਹਿੰਦਰ ਪੰਚਾਇਰ ਵੀ ਕਰੀ ਵੱਡੇ ਭਰਾ ਨਾਲ ਲਿਖਦੇ ਵੀ ਬਿਲਕੁਲ ਬਿਲਕੁਲ ਹਾਂ ਤੇ ਉਹਦੇ ਚੈਨਲ ਦਾ ਨਾਂ ਡੋਗਰੀ ਮਖੀਰ ਮਿੱਠੀ ਤੇ ਗਾਣੇ ਦਾ ਨਾਂ ਵੀ ਡੋਗਰੀ ਮਖੀਰ ਮਿੱਠੀ ਹੈ ਉਹ ਥੋੜਾ ਜਿਹਾ ਮੈਂ ਸੁਣਾਉਣਾ ਹਿੰਦੀ ਅੰਗਰੇਜ਼ੀ ਕੰਨੇ ਭਾਵੇਂ ਜੁੜਿਓ ਹਿੰਦੀ ਅੰਗਰੇਜ਼ੀ ਕੰਨੇ ਭਾਵੇਂ ਜੁੜਿਓ ਡੋਗਰੀ ਮਖੀਰ ਮਿੱਠੀ ਨਹੀਂ ਛੁੜਿਓ ਓ ਡੋਗਰੀ ਮਖੀਰ ਮਿੱਠੀ ਨਹੀਂ ਛੁੜਿਓ ਓ ਪੀਜ਼ੇ ਖਾਂਦੇ ਮੋਮੋ ਕੰਨੇ ਬਰਗਰ ਜੀ ਕੰਬਦੀਆਂ ਲੱਤਾਂ ਦੋਵੇਂ ਥਰ ਥਰ ਜੀ ਕਰੋ ਪੀਜ਼ੇ ਬੰਦ ਤੁਸ ਪੀਓ ਦੁੱਧ ਜੀ ਬਣੋ ਪਲਵਾਨ ਤੁਸ ਜਿੱਤੋ ਜੁੱਧ ਜੀ ਦੁੱਧ ਤੇ ਕਿਉਂ ਛੁੜੀ ਨਹੀਂ ਛੁੜਿਓ ਦੁੱਧ ਤੇ ਕਿਉਂ ਛੁੜੀ ਨਹੀਂ ਛੁੜਿਓ ਡੋਗਰੀ ਮਖੀਰ ਮਿੱਠੀ ਨਹੀਂ ਛੁੜਿਓ ਓ ਡੋਗਰੀ ਮਖੀਰ ਮਿੱਠੀ ਨਹੀਂ ਛੁੜਿਓ ਇੱਕ ਇਹਦਾ ਲਾਸਟ ਸੁਣਾਉਣਾ ਤੁਸੀਂ ਇੱਕ ਲਾਸਟ ਪਹਿਰਾ ਹੈ ਕਿ ਡੀਜੇ ਵਾਲੀ ਨਵੀਂ ਗੈ ਬਿਮਾਰੀ ਆਈ ਦੀ ਓ ਡੀਜੇ ਵਾਲੀ ਨਵੀਂ ਗੈ ਬਿਮਾਰੀ ਆਈ ਦੀ ਨੱਚਦੇ ਨਹੀਂ ਅੱਜ ਜੁਜੂਲੀ ਲਾਈ ਦੀ ਅਸ ਆਖਣੇ ਵੀ ਕਰੋ ਡੀਜੇ ਬੰਦ ਆਪਣੇ ਪਰੰਪਰਿਕ ਗੀਤ ਜਿਹੜੇ ਨੇ ਡੋਗਰੀ ਗੀਤੜੂ ਇਹ ਪਾਖਾਂ ਹੋਈਆਂ ਗੀਤੜੂ ਹੋਈਆਂ ਬਾਰਾਂ ਹੋਈਆਂ ਉਹ ਗਾਣੀਆਂ ਚਾਹੀਦੀਆਂ ਪਰ ਅੱਜ ਅਸੀਂ ਕੀ ਦੁੱਖ ਹੁੰਦਾ ਖਾਸ ਕਰੀਏ ਜਿਹੜੇ ਡੋਗਰੀ ਦਾ ਬੇੜਾ ਚੁੱਕੀ ਅੱਗੇ ਚੱਲਦੇ ਨੇ ਉਹਨੇ ਮੁਸ਼ਕਿਲ ਹੁੰਦਾ ਜਿਲ੍ਹਾ ਉਹ ਦੇਖਦੇ ਨੇ ਡੀਜੇ ਪਰ ਜਾਂ ਪੰਜਾਬੀ ਗੀਤਾਂ ਪਰ ਤਾਂ ਝੜਾ ਪਾਉਂਦੇ ਅੱਜ ਕੱਲ੍ਹ ਵਿਆਹ ਹੁੰਦਾ ਪਹਿਲੇ ਸਾਡੇ ਵਿਆਹ 'ਚ ਜਿਹੜੀਆਂ ਨਾਰਾਂ ਵੀ ਗੀਤ ਗਾਉਂਦੀਆਂ ਘੋੜੀਆਂ ਗਾਣੇ ਸੁਹਾਗ ਗਾਣੇ
ਅੱਜ ਕੱਲ੍ਹ ਡੀਜੇ ਨੱਚਦੀਆਂ ਅਤੇ ਬਾਅਦ 'ਚ ਨੂੰਹ ਜਲਾਉਂਦੀ ਉਹ ਵੀ ਸ਼ੈਲ ਡੀਜੇ ਵਜਾਉਂਦੀ ਫਿਰ ਆਖਦੇ ਮੁਸ਼ਕਿਲ ਹੋਈ ਆ। ਹਾਂਜੀ ਹਾਂਜੀ ਨਹੀਂ ਸਰ, ਅੱਜ ਕੱਲ੍ਹ ਡੋਗਰੀ ਦਾ ਦੁਬਾਰਾ ਇੱਕ ਦੌਰ ਆਇਆ, ਡੋਗਰੀ ਦਾ ਪ੍ਰਚਾਰ ਚੱਲਾ ਦਾ ਬੜਾ ਅੱਛਾ ਦੇਖਿਆ ਮੈਂ। ਤੁਹਾਡੇ ਕਲਾਕਾਰ ਵੀ ਕੋਸ਼ਿਸ਼ ਕਰਦੇ ਬਿਲਕੁਲ ਸਾਰੇ ਅੱਜ ਕੱਲ੍ਹ ਦੇਖਣ ਗ੍ਰਾਂ 'ਚ ਪਹਿਲਾਂ ਹੁੰਦਾ ਕਿ ਸੋਸ਼ਲ ਮੀਡੀਆ ਦੀ ਅੱਜ ਕੱਲ੍ਹ ਬੜੀ ਦੌਰ ਚਲਾ ਦਾ, ਪਹਿਲਾਂ ਹੁੰਦਾ ਕਿ ਲੋਕ ਗਾਣੇ ਕੀ ਮੁਸ਼ਕਿਲ ਹੁੰਦਾ ਕਿ ਕਿੱਥੇ ਸਟੇਜ ਮਿਲੋ, ਗ੍ਰਾਂਈ ਲੋਕ ਐਸੇ ਬੜੇ ਅੱਛੇ ਅੱਛੇ ਆਰਟਿਸਟ, ਉਹਨੇ ਮੌਕਾ ਨਹੀਂ ਮਿਲਦਾ ਹੈ ਕਿ ਸਟੇਜ ਉੱਪਰ ਗਾਣੇ ਦਾ, ਬੜਾ ਚਾਹੁੰਦੇ ਕਿ ਸਟੇਜ ਉੱਪਰ ਜਾ ਪਰ ਜਾ ਹੀ ਨਹੀਂ ਸਕਦੇ। ਅੱਜ ਕੱਲ੍ਹ ਦਾ ਟਾਈਮ ਹੈ ਕਿ ਸੋਸ਼ਲ ਮੀਡੀਆ ਪਰ ਹਰ ਇੱਕ ਇਨਸਾਨ ਹੈ ਜਿਹੜਾ ਅੱਛਾ ਗਾਦਾ, ਅੱਛਾ ਆਰਟਿਸਟ ਹੈ, ਚੈਨਲ ਬਣਾਏ ਦਾ, ਬੜੀ ਅੱਛੀ ਪ੍ਰਚਾਰ ਕਰਾ ਦੇਣ ਉਸ ਚੀਜ਼ ਦਾ। ਬੜਾ ਖੂਬ ਲੱਗਾ ਕਰਦਾ ਦੋਸਤੋ, ਔਰ ਅੱਜ ਸਮਾਂ ਬੱਝਦਾ, ਰੰਗਤ ਬੱਝਦੀ ਹੈ, ਵਿਆਹ ਵਾਲਾ ਦਿਹਾੜਾ, ਵਿਆਹ ਦੇ ਵਿੱਚ ਹੋਰ ਵੀ ਹੁਣ ਮੇਰੇ ਖਿਆਲ 'ਚ ਲਾੜਾ ਵੀ ਤਿਆਰ ਹੋਈਏ ਬੈਠੇ ਤਾਂ ਸੁਰਮਾ ਵੀ ਪਾਉਣਾ ਹੋਣਾ, ਸੁਰਮਾ ਪਾਉਂਦੇ ਵੀ ਦਿਖਣੇ, ਭਰਜਾਈਆਂ ਵੀ ਗਾਉਂਦੀਆਂ ਨੇ ਕਿਸ਼, ਉਹ ਵੀ ਸੰਸਕ੍ਰਿਤੀ ਜਿਹੜੀ ਹੈ ਉਹ ਤੁਹਾਡੇ ਤੱਕ ਪਹੁੰਚਾਉਣ ਦਾ ਪ੍ਰਯਾਸ ਕਰਨਾ। ਦੋਸਤੋ ਸਿਰੇ ਦੀ ਰਸਮ ਚਲਾ ਕਰਦੀ ਹੈ, ਔਰ ਸਿਰੇ ਦੀ ਰਸਮ ਹੋਵੇ ਤਾਂ ਲਾੜੇ ਦੀਆਂ ਭੈਣਾਂ ਜਿਹੜੀਆਂ ਉਹ ਖੁਸ਼ੀ ਦੇ ਵਿੱਚ ਉਹ ਘੋੜੀਆਂ ਵੀ ਗਾਉਂਦੀਆਂ ਹਨ। ਸਾਡੇ ਕੰਨੇ ਦੇਖਾ ਕਰਨਾ ਪਿਆ, ਭੈਣਾਂ ਖੁਸ਼ ਨੇ ਮੇਰੇ ਖਿਆਲ 'ਚ। ਕੀ ਨਾਂ ਜੀ ਤੁਹਾਡਾ? ਮੇਰਾ ਨਾਮ ਕੈਲਾਸ਼। ਕੈਲਾਸ਼ ਜੀ, ਕਿੰਨੀ ਖੁਸ਼ੀ ਹੈ ਵੀਰਾਂ ਦੇ ਵਿਆਹ? ਅਸੀਂ ਬੜੀ ਖੁਸ਼ੀ ਹੈ, ਸਾਡੇ ਵੀਰ ਦਾ ਵਿਆਹ ਹੈ ਤਾਂ ਅਸੀਂ ਇੰਨੇ ਖੁਸ਼ ਹਾਂ, ਬੜੀ ਖੁਸ਼ੀ ਹੈ, ਅਸੀਂ ਗਾਣੇ ਵਜਾਣੇ ਨੱਚਾਨੇ, ਅਸੀਂ ਬੜੀ ਖੁਸ਼ੀ ਹੈ। ਇਹਦੇ ਕੋਲੋਂ ਜ਼ਿਆਦਾ ਖੁਸ਼ੀ ਕੀ ਹੁੰਦੀ ਵੀਰਾਂ ਵਿਆਹ ਦੀ, ਜਿਹੜੀ ਤਾਂ ਬੜੀ ਖੁਸ਼ੀ ਹੁੰਦੀ ਅਸੀਂ। ਪਰ ਨਨਾਨਾ ਜਿਲ੍ਹਾ ਵੀ ਘਰ ਭਰਜਾਈ ਆਉਂਦੀ, ਫਿਰ ਤੰਗ ਵੀ ਨਨਾਨਾ ਕਰਦੀਆਂ? ਨਹੀਂ ਨਹੀਂ, ਅਸੀਂ ਕੋਈ ਗੱਲ ਨਹੀਂ ਆ, ਸਾਡੇ ਅਸੀਂ ਜਿਹੜੇ ਪਹਾੜੀ ਆ, ਅਸੀਂ ਨਹੀਂ ਕਿਸੇ ਤੰਗ ਕਰਨੇ ਹੁੰਦੇ, ਅਸੀਂ ਜਿਹਾਂ ਅਸੀਂ ਵੀ ਕਿਸੇ ਦੇ ਭਰਜਾਈਆਂ ਬਣੀ ਦੀਆਂ, ਔਰ ਉਹ ਵੀ ਸਾਡੀਆਂ ਭਰਜਾਈਆਂ ਹੋਣੀਆਂ। ਪਰ ਖੁਆਨ ਡੋਗਰਾ ਆਖਿਰ ਨਨਾਨ ਕੰਧਾ ਲਿਖਣੀ ਮਾਣ? ਨਹੀਂ ਨਹੀਂ ਸਰ, ਅਸੀਂ ਕੋਈ ਗੱਲ ਨਹੀਂ, ਇਹ ਬਣੀ ਦਿਆਂ ਤੇ ਹਨ ਕੇ ਗੱਲਾਂ ਵਿਚਕਾਰ ਹੁੰਦੀਆਂ, ਪਰ ਸਾਡਾ ਕੋਈ ਐਸੀ ਗੱਲ ਨਹੀਂ ਹੈ। ਆਖਦੇ ਨੇ ਭਾਈ ਜਿਲ੍ਹਾ ਨਨਾਨਾ ਬੋਹ ਜਾਂਦੀਆਂ ਨੇ, ਪਿਓਕਾ ਚੱਕਰ ਲਾਉਂਦੀਆਂ ਤੇ ਅੱਗੇ ਦੇਖਦੀਆਂ ਭਾਈ ਸਾਡਾ ਜਿਹੜਾ ਦਬਦਬਾ ਉਹ ਭਰਜਾਈ ਨੂੰ ਖੋਲਦਾ, ਫਿਰ ਰੋਹ ਚੜਦਾ। ਨਹੀਂ ਨਹੀਂ ਉਹ ਤੇ ਹੁੰਦਾ ਗਾ, ਪਰ ਐਸਾ ਕੋਈ ਗੱਲ ਨਹੀਂ ਹੈ, ਸਾਡੇ ਘਰ ਕੋਈ ਗੱਲ ਨਹੀਂ ਹੈ, ਅਸੀਂ ਬੜੇ ਖੁਸ਼ ਹਾਂ ਆਪਣੇ ਵੀਰ। ਮੈਂ ਜ਼ਮਾਨੇ ਦੀ ਗੱਲ ਕਰਾਂ, ਜ਼ਮਾਨੇ ਦੀ ਗੱਲ ਤਾਂ ਹੈ, ਪਹਿਲੇ ਦੀ ਗੱਲ ਤਾਂ ਹੈ, ਸਹੀ ਗੱਲ ਹੈ, ਕਈ ਘਰ ਐਸੇ ਅਜੇ ਤੱਕ ਵੀ ਹਨ, ਪਰ ਸਾਡਾ ਕੋਈ ਐਸੀ ਗੱਲ ਨਹੀਂ, ਅਸੀਂ ਬੜੇ ਖੁਸ਼ ਹਾਂ ਆਪਣੀ ਭਰਜਾਈ ਉੱਪਰ, ਸਾਡੀ ਭਰਜਾਈ। ਪਹਿਲੀ ਆਵਾਦੀ ਜਾਂ ਦੂਜੀ ਆਵਾਦੀ? ਨਹੀਂ ਨਹੀਂ ਇਹਦਾ ਘਰ ਪਹਿਲੀ ਆਵਾਦੀ ਹੈ ਸਾਡੀ, ਇੱਥੇ ਸਾਡੀ ਹੋਰ ਵੀ ਬੜੀਆਂ ਭਰਜਾਈਆਂ ਸਾਡੇ ਹੈ ਨਾ, ਹਾਂ ਬੜੀਆਂ ਹਨ, ਪਰ ਇਹਦਾ ਘਰ ਜਿਹੜੀ ਹੈ ਪਹਿਲੀ ਆਵਾਦੀ, ਇਹ ਵੀ ਸਾਡੀ ਬੜੀ ਖੁਸ਼ੀ ਵਾਲੀ ਗੱਲ ਹੈ, ਔਰ ਅਸੀਂ ਬੜੇ ਖੁਸ਼ ਹਾਂ। ਦਾਬੇ ਥੱਲੇ ਕਿਹੜੀ ਕਿਹੜੀ ਭਰਜਾਈ ਰੱਖੀ? ਹਾਂਜੀ ਨਾ ਸਰ, ਕੋਈ ਸਾਰੀਆਂ ਸਾਰੀਆਂ ਕੁਛ ਵੱਡੀਆਂ, ਕਈ ਨਿੱਕੀਆਂ ਨਾ ਸਰ, ਕੋਈ ਦਾਬੇ ਥੱਲੇ ਰੱਖੀ, ਅਸੀਂ ਮੇਲ ਮਿਲਾਪ ਕਰਨੇ ਰਹਿੰਦੇ, ਜਿਹੜੀਆਂ ਨਨਾਨਾ ਭਰਜਾਈਆਂ ਹਨ। ਅਸਲੀ ਘਰ ਕੋਦਾ ਹੁੰਦਾ ਨਨਾਣ ਦਾ ਜਾਂ ਭਰਜਾਈ ਦਾ? ਨਹੀਂ ਭਰਜਾਈ ਦਾ ਹੁੰਦਾ, ਨਨਾਣਾ ਦੇ ਪਰਾਏ ਘਰ ਗਈਆਂ ਉੱਠ ਹੁੰਦੀਆਂ, ਸਾਡਾ ਤਾਂ ਅਸਲੀ ਉਹ ਹੈ ਜਿੱਥੇ ਅਸੀਂ ਵਿਹੋਏ ਦੇ, ਅਤੇ ਭਰਜਾਈਆਂ ਦਾ ਜਿਹੜਾ ਤਾਂ ਉਹ ਹੁੰਦਾ ਘਰ ਹੈ, ਪਰ ਅਸੀਂ ਖੁਸ਼ ਇਹ ਗੱਲ ਚਾਹੁੰਦੇ ਹਾਂ ਕਿ ਅਸੀਂ ਜਿਹੜਾ ਘਰ ਇੱਥੇ ਹੋ ਗਿਆ ਆਪਣੇ, ਤਾਂ ਸਾਡੀਆਂ ਭਰਜਾਈਆਂ ਹੋਣ ਦੱਸ ਵੀ ਖੁਸ਼ ਹਨ, ਭਰਜਾਈਆਂ ਨਹੀਂ ਹੋਣ ਦੱਸ ਕੇ ਤਾਂ ਖੁਸ਼ ਹਨ, ਅਸੀਂ ਆਪਣੀ ਭਰਜਾਈਆਂ ਨਾਲ ਰਲੀ ਮਿਲੀ, ਅਸ ਨਨਾਣਾ ਭਰਜਾਈਆਂ ਦੇ ਜਿਹੜਾ ਕਿੱਠਾ ਸਾਡਾ ਸੰਗ ਚੱਲਿਆ, ਤਾਂ ਅਸ ਵੀ ਅੱਛੀ ਗੱਲ। ਫਿਰ ਭਰਜਾਈ ਰੋਡ ਲੈ ਚੜਦਾ, ਜਿਲ੍ਹਾ ਨਨਾਣ ਕੋਲ ਬੱਚੇ ਲਈ ਘਰ ਆਵੇ ਤਾਂ ਸੋਫਾ ਜਿਹੜਾ ਦਾਜਾ ਦਿੰਦੇ ਉਹਦਾ ਲਕੀਰ ਮਾਰ ਉਹਦੇ ਪੁੱਤਰ? ਨਹੀਂ ਪਰ ਹਾਂਜੀ ਐਸੀਆਂ ਗੱਲਾਂ, ਪਰ ਕੋਈ ਗੱਲ ਨਹੀਂ, ਐਸੀਆਂ ਸਾਰੀਆਂ ਭਰਜਾਈਆਂ ਐਸੀਆਂ ਨਹੀਂ ਹਨ, ਸਾਰੀਆਂ ਭਰਜਾਈਆਂ ਜਿਹੜੀਆਂ ਸਾਡੇ ਕਰਨਾ ਅੱਛਾ ਭੇਦਭਾਵ ਕਰਨਾ ਰਹਿੰਦੀਆਂ, ਰਸ਼ਾ ਮੇਲ ਮਿਲਾਪ ਕਰਨਾ ਰਹਿੰਦੀਆਂ। ਭਰਜਾਈਆਂ ਤਾਂ ਠੀਕ ਹੁੰਦੀਆਂ, ਨਨਾਣਾ ਕੋਲ ਚੁੱਪ ਕਰਾਉਂਦੀਆਂ? ਨਾ ਨਹੀਂ ਅਸੀਂ ਨਨਾਣਾ ਨਹੀਂ ਹੈ ਨਾ, ਅਸੀਂ ਬੜੀਆਂ ਖੁਸ਼ ਨਨਾਣਾ ਰਹੋ, ਨਨਾਣਾ ਭਰਜਾਈਆਂ, ਅਸੀਂ ਬੜੀ ਖੁਸ਼ੀ ਕਰਨਾ ਰਹਿੰਦੇ ਹਾਂ। ਬਿਲਕੁਲ ਸੱਚ ਹੈ, ਬੜੀਆਂ ਨਨਾਣਾ ਕਿੱਠੀਆਂ ਹੋਈ ਦਿਓ, ਨਨਾਣੇ ਦਾ ਜ਼ੋਰ ਹੈ, ਅਤੇ ਇਹੀ ਹੋਰ ਪੁੱਛ ਲੈਣਾ ਕਿ ਨਾਂ ਜੀ ਤੁਹਾਡਾ? ਮੇਰਾ ਨਾਮ ਉਸ਼ਾ ਦੇਵੀ। ਉਸ਼ਾ ਜੀ, ਆਸ਼ਾ ਹੈ ਕਿ ਭਰਜਾਈ ਅੱਛੀ ਆਵੇ? ਭਰਜਾਈ ਅੱਛੀ ਹੋਣਾ ਚਾਹੀਦੀ। ਨਨਾਣਾ ਅੱਛੀ ਹੋ ਤਾਂ ਭਰਜਾਈ ਅੱਛੀ ਹੁੰਦੀ ਜਾਂ?
ਨਹੀਂ ਨਨਾਣ ਵੀ ਅੱਛੇ ਹੋਣੇ ਚਾਹੀਦੇ, ਭਰਜਾਈ ਵੀ ਅੱਛੇ ਹੋਣੇ ਚਾਹੀਦੇ। ਅਗਰ ਅੱਛੇ ਦੋਸਤ ਦਿਖਣਾ ਹੋਵੇ, ਦੋ ਸਹੇਲੀਆਂ ਬਣਾਉਣਾ ਹੋਣ ਤੇ ਨਨਾਣ ਭਰਜਾਈ ਸਹੇਲੀ ਹੋ ਸਕਦੀ? ਹਾਂ, ਹੋਈ ਸਕਦੀ ਕਿ ਨਹੀਂ ਹੋਈ ਸਕਦੀ? ਪਰ ਜੇ ਲੱਭੋ ਹੀ ਜਾਂਦੀ ਦਾੜੇ ਉੱਲੇ ਮਾਰਦੀ? ਨਹੀਂ ਨਹੀਂ, ਦਾੜੇ ਦੂੜੇ ਕੁਆਰੇਪਣ ਦੇ ਵਿੱਚ ਨਨਾਣ ਤੇ ਭਰਜਾਈ ਸਹੇਲੀ ਕਰਾਉਂਦੀ ਹੈ, ਜਿਹੜੇ ਨਨਾਣ ਬੋਈ ਜਾਂਦੀ ਵਾਪਸ ਆਉਂਦੀ, ਜਿਹੜਾ ਦਾੜੇ ਉੱਲੇ ਸੁੱਟਦੀ? ਨਹੀਂ ਨਹੀਂ, ਦਾੜੇ ਨਹੀਂ ਸੁੱਟਦੀ, ਸਗੋਂ ਜ਼ਿਆਦਾ ਇੱਜ਼ਤ ਹੁੰਦੀ ਨਨਾਣ ਦੀ ਆਪਣੀ, ਜ਼ਿਆਦਾ ਇੱਜ਼ਤ ਹੁੰਦੀ। ਇੱਕ ਹੋਰ ਨਨਾਣ ਖੜੋਤੀ ਦੀ ਮੇਰੇ ਖਿਆਲ 'ਚ ਕੀ ਨਾਂ ਵਿੱਚ ਤੇਰਾ? ਮੀਨਾਕਸ਼ੀ ਦੇਵੀ। ਭਰਜਾਈ ਆਵਾਦੀ ਨਾ? ਹਾਂ, ਭਰਜਾਈ ਆਵਾਦੀ। ਕਿੰਨੀ ਖੁਸ਼ੀ ਹੈ? ਬਹੁਤ ਜ਼ਿਆਦਾ। ਭਰਜਾਈ ਕਰਨੇ ਸ਼ਾਪਿੰਗ ਜਾਣਾ ਜਾਂ ਇਕੱਲੇ ਇਕੱਲੇ ਜਾਣਾ? ਬਿਲਕੁਲ ਜਾਣਾ ਭਰਜਾਈ ਨੇ ਸ਼ਾਪਿੰਗ, ਭਰਜਾਈ ਇਕੱਲੇ ਕੀ ਜਾਣਾ? ਤੇ ਜੇ ਭਰਜਾਈ ਨੇ ਜ਼ਿਆਦਾ ਸ਼ਾਪਿੰਗ ਕੀਤੀ, ਵੀਰ ਨੇ ਪੈਸੇ ਉੱਧਰ ਦਿੱਤੇ, ਆਪਣੇ ਭੈਣ ਵਾਸਤੇ ਨਹੀਂ ਦਿੱਤੇ, ਤਾਂ ਉਹ ਲੈ ਕੇ ਆਉਣਾ? ਕੋਈ ਗੱਲ ਨਹੀਂ, ਬਿਲਕੁਲ ਦਿੰਦੇ ਵੀਰ ਕੀ ਨਹੀਂ ਦਿੰਦੇ? ਕੀ ਨਹੀਂ ਦਿੰਦੇ? ਜਿਹੜਾ ਹੋਰ ਹਿੱਸਾ ਲੈਣ ਵਾਲੀ ਆਈ ਆ, ਫਿਰ ਤੁਹਾਡਾ ਹਿੱਸਾ ਘਟੀ ਜਾਣਾ? ਭਰਜਾਈ ਇਹਨਾਂ ਕਹਿੰਦੀ ਭਰਜਾਈ ਵਾਲਾ ਲੈਣੇ, ਭਰਜਾਈ ਕੋਲ ਲੈਣੇ, ਮੌਕਾ ਦੇਖਣਾ ਪਏ ਭਰਜਾਈ ਕੋਲ ਵੀ ਉੱਥੋਂ ਹੀ ਹੁੰਦਾ ਹਿੱਸਾ, ਅਗਰ ਹਿੱਸਾ ਤਾਂ ਹੁੰਦਾ ਕਿ ਜੀਵ ਦਿੰਦੇ ਥੱਲੇ ਰਵੇ ਤੇ, ਤੇ ਜੇ ਨਨਾਣ ਕੋਈ ਡੰਗ ਲਾਉਣ ਦੀ ਕੋਸ਼ਿਸ਼ ਕਰਾ ਤੇ ਫਿਰ ਭਰਜਾਈਆਂ ਵੀ ਤਾਲਾ ਮਾਰ ਲੈਂਦੀਆਂ। ਇਹ ਦੋਸਤੋ ਸੰਸਕ੍ਰਿਤਿਕ ਧਰੋਹਰ ਜਿਹੜੀ ਹੈ, ਖਾਸ ਕਰੀ ਸਾਡੇ ਡੋਗਰਾਂ ਦਾ ਵਿਆਸ ਤੁਹਾਡੇ ਕੋਲ ਸਾਂਝਾ ਕਰਾ ਕਰਨੇ, ਤੇ ਹੁਣ ਕਿਸ ਰਿਸ਼ਤੇਦਾਰ ਨੇ ਆਰ ਪਾ ਕਰਦੇ, ਉਹਨੇ ਵੀ ਆਸ ਮੌਕਾ ਦਿੰਦੇ ਆਰ ਪਾ ਲੈਣ। ਦੋਸਤੋ, ਅੱਜ ਵਿਰਸਾ ਜਿਹੜਾ ਮੈਂ ਨਿਰਾਲਾ ਤੁਹਾਡੇ ਤੱਕ ਪਜਾ ਕਰਨਾ, ਕਿਉਂਕਿ ਮੌਕਾ ਲੱਗਿਆ ਅੱਜ ਇਸ ਜਿਸ ਗ੍ਰਾਂ 'ਚ ਆਏ ਹਾਂ ਉੱਥੇ ਵਿਆਹ ਹੈ, ਵਿਆਹ ਹੈ ਜਾਗਤਾ ਦਾ, ਬਰਾਤ ਨਿਕਲਾ ਕਰਦੀ, ਉੱਥੇ ਪੱਗ ਮੇਰੇ ਕੰਨੇ ਦੇਖਿਆ ਕਰਦੇ, ਜਿਸ ਮਾਣੂ ਨੇ ਪਾਈ ਦੀ, ਇਹਨੇ ਗਾ ਸਾਨੂੰ ਇਹ ਪੁਰਸ਼ੋਤਮ ਪੰਨਤੁਰ ਨ, ਇਹਨੇ ਗਾ ਪ੍ਰਯਾਸ ਕੀਤਾ, ਕਮ ਸੇ ਕਮ 2 ਸਾਲ ਦਾ ਸਾਡੇ ਕੰਨੇ ਲੱਗੇ ਦੇ ਭਾਈ ਆਪਣੇ ਗ੍ਰਾਂ 'ਚ ਬੁਲਾਉਣਾ ਹੈ। ਅੱਜ ਇਹਨੇ ਬੁਲਾਇਆ ਇੱਕ ਬੜੇ ਸਮਾਜਿਕ, ਮਤਲਬ ਸਮਾਜਿਕ ਸੇਵਕ ਵੀ ਹਨ, ਔਰ ਦਿਵਿਅੰਗ ਇੱਕ ਗਰੁੱਪ ਹੈ ਤੁਹਾਡਾ, ਉਹ ਵੀ ਤੁਸੀਂ ਚਲਾ ਕਰਦੇ। ਪੁਰਸ਼ੋਤਮ ਜੀ, ਤੁਹਾਡਾ ਸਵਾਗਤ ਹੈ ਅੱਜ ਤੁਹਾਡੇ ਗ੍ਰਾਂ 'ਚ ਆਇਆ, ਤੁਹਾਨੂੰ ਕਿਵੇਂ ਮਹਿਸੂਸ ਹੋਇਆ ਕਰਦਾ ਵੀ ਅਸ ਜੰਮੂ ਦਾ ਉੱਠੀਏ ਤੁਹਾਡੇ ਕੋਲ ਆਏ ਹਾਂ, ਅੱਜ ਆਪਣਾਪਣ ਜਿਹਾ ਲੱਗਾ ਕਰਦਾ ਕਿ ਨਹੀਂ? ਬੜਾ ਬੜਾ ਸ਼ੁਕਰੀਆ ਪ੍ਰਵੀਨ ਜੀ। ਅਸੀਂ ਮੈਂ ਤੁਸੀਂ ਕੀ ਬੜੇ ਚਿਰਾਂ ਦਾ ਕੰਟੈਕਟ ਕਰਦਾ ਹਾਂ ਕਿ ਇੱਕ ਵਾਰੀ ਸਾਡੇ ਗ੍ਰਾਂ ਆਓ ਔਰ ਤੁਹਾਡਾ ਪ੍ਰੋਗਰਾਮ ਜਿਹੜਾ ਆਓ ਸਾਡੇ ਗ੍ਰਾਂ, ਬੜਾ ਗਾ ਪਿਆਰਾ ਲੱਗਦਾ, ਔਰ ਹਰ ਜਿਹੜੀ ਵੀਡੀਓ ਤੁਹਾਡੀ ਅਸ ਦੇਖਦੇ ਹਾਂ, ਤੋ ਇਸ ਅੱਜ ਅਸੀਂ ਕੀ ਇੰਨਾ ਅੱਛਾ ਲੱਗਿਆ ਕਿ ਤੁਹਾਡੇ ਮਾਧਿਅਮ ਕੰਨੇ ਸਾਡੇ ਗ੍ਰਾਂ ਕੀ ਦੀ ਖੂਬਸੂਰਤੀ, ਔਰ ਖਾਸ ਕਰੀ ਸੱਤ ਸਰਾਂ ਜਿਹੜੀ ਸਾਡੇ ਬਾਬਾ ਸੋਮਨਾਥ ਦਾ ਸਥਾਨ ਤੁਸੀਂ ਦੇਖੀ ਆਇਓ, ਸਾਰੇ ਲੋਕ ਸਰਾਹਣਾ ਕਰਦੇ ਨੇ ਉਹਦੀ, ਔਰ ਉੱਥੇ ਤੁਸੀਂ ਗਏ, ਉਹ ਚੀਜ਼ ਸਾਡੀ ਉਹ ਸਾਡੇ ਗ੍ਰਾਂ ਦੀ ਖੂਬਸੂਰਤੀ ਜਿਹੜੀ ਹੈ ਉਹ ਸਮਾਜ ਤੱਕ, ਪੂਰੇ ਦੇਸ਼ ਤੱਕ, ਲੋਕਾਂ ਤੱਕ ਪਹੁੰਚਾਓ, ਔਰ ਆ ਸਾਡੇ ਇਹ ਸਾਡੇ ਲੋਕ ਜਿਹੜੇ ਚਾਹੁੰਦੇ ਨੇ ਕਿ ਪ੍ਰੈਟਕ ਜਿਹੜੇ ਨੇ ਉਹ ਵੀ ਸਾਡੇ ਗ੍ਰਾਂ ਤੱਕ ਪਹੁੰਚਣ। ਪੁਰਸ਼ੋਤਮ ਜੀ, ਡੋਗਰੇ ਦੀ ਪਹਿਚਾਣ ਹੈ ਇਹ ਜਿਹੜੀ ਡੋਗਰਾ ਦਸਤਾਰ ਵੀ ਆਖਦੇ, ਪਗੜੀ ਵੀ ਆਖਦੇ, ਪੱਗ ਵੀ ਆਖਦੇ, ਇਸੀ ਪਾਈ ਹੈ, ਆਪਣੇ ਆਪ ਕੀ ਫਕਰ ਨਹੀਂ ਹੁੰਦਾ ਭਾਈ? ਸੱਚਮੁੱਚ ਅਸ ਡੋਗਰੇ ਹਾਂ, ਅਸ ਡੋਗਰੇ ਆਪਣਾ ਪਹਿਨਾਵਾ ਗਾ ਭੁੱਲਦੇ ਜਾ ਕਰਦੇ ਹਾਂ, ਕਿਉਂਕਿ ਅੱਜ ਕੱਲ੍ਹ ਪਾਸ਼ਚਾਤੇ ਰੰਗ 'ਚ ਅਸ ਵੀ ਰੰਗਾ ਕਰਦੇ ਹਾਂ, ਪਰ ਜਿਹੜਾ ਉਹ ਸਾਡਾ ਪਹਿਨਾਵਾ ਹੈ, ਚੂੜੀਦਾਰ ਪਜਾਮਾ, ਕੁੜਤਾ ਅਤੇ ਉੱਪਰ ਬਾਸਕਟ ਪਾਈਏ ਅਤੇ ਕੰਨੇ ਦਸਤਾਰ ਹੁੰਦੀ ਸੀ, ਜਿਹੜਾ ਪੱਗ ਹੁੰਦੀ, ਕਿਹੜਾ ਫਕਰ ਹੁੰਦਾ ਹੁਣ? ਇਹ ਸਾਡੇ ਬਜ਼ੁਰਗ ਜਿਹੜੇ ਇਹ ਹਮੇਸ਼ਾ ਇਹ, ਅਤੇ ਅੱਜ ਅਗਰ ਵਿਆਹ ਅਤੇ ਅਸੀਂ ਬਰਾਤ ਜਾ ਕਰਦੀ ਅਤੇ ਅਸੀਂ ਪਗੜੀ ਪਾਈ, ਇਹ ਜ਼ਰੂਰੀ ਨਹੀਂ ਸੀ, ਸਾਡੇ ਬਜ਼ੁਰਗ ਜਿਹੜੇ ਸਾਡੇ ਦਾਦੇ ਪੜਦਾਦੇ ਜਿਹੜੇ
ਉਹ ਹਮੇਸ਼ਾ ਕਿ ਪੱਗੜੀ ਪਾਈ ਅੱਗੇ ਚੱਲਦੇ ਸੀ। ਔਰ ਸਾਫਾ ਜਿਹੜਾ ਇਹਦਾ ਪਹਿਚਾਣ ਪੱਗੜੀ ਨਹੀਂ ਸੀ, ਸਾਫਾ ਆਖਦੇ ਸੀ। ਔਰ ਸਾਫੇ ਦੀ ਇੱਕ ਸਾਡੀ ਜਿਹੜੀ ਅਸ ਪਹਾੜੀ ਡੋਗਰੇ ਹਾਂ, ਸਾਡੀ ਇੱਕ ਅਲੱਗ ਗੈ ਪਹਿਚਾਣ ਸੀ ਔਰ ਅਲੱਗ ਗੈ ਇਹਦੀ ਖੁਸ਼ੀ ਮਹਿਸੂਸ ਕਰਦੇ ਸੀ। ਇਸ ਪੱਗੜੀ ਦੀ ਇੱਕ ਬਹੁਤ ਬੜਾ ਵੱਡਾ ਮਾਣ ਸਨਮਾਨ ਥਾ। ਨੰਗੇ ਸਿਰ ਅਗ ਲਏਗੀ ਗਾਲ ਸਮਝਦੇ ਪਹਿਲੇ ਬਜ਼ੁਰਗ ਆਖਦੇ ਵੀ ਨੰਗੇ ਸਿਰੇ ਆਇਆ, ਪਰ ਜਿਹੜਾ ਸਾਫਾ ਪਾਈ ਆਉਂਦਾ ਉਹਦੀ ਇੱਜ਼ਤ ਬਣਦੀ ਤਾਂ ਔਰ ਮਾਣ ਸੀ ਜਿਹੜਾ ਸਾਫਾ ਪਾਈ ਜਾਂਦਾ। ਤੋ ਇਹ ਇੱਕ ਪੁਰਾਣੀ ਪਰੰਪਰਾ ਸਾਡੇ ਬਜ਼ੁਰਗ ਮਤਲਬ ਪ੍ਰਾਚੀਨ ਕਾਲ ਕੋਲਾ ਚੱਲਦੀ ਆ। ਪੁਰਸ਼ੋਤਮ ਜੀ, ਗੱਲ ਕੀਤੀ ਜਾ ਪੁਰਾਣੇ ਵੇਲੇ ਦੀ, ਜਿਵੇਂ ਤੁਸੀਂ ਪੁਰਾਣੇ ਬਜ਼ੁਰਗਾਂ ਦੀ ਗੱਲ ਕੀਤੀ ਹੈ, ਪੁਰਾਣੇ ਬਜ਼ੁਰਗ ਜਿਹੜਾ ਵਿਆਹ ਜਾਂਦੇ ਸੀ ਕੁਤੇ ਦੋ ਦੋ ਤਰ੍ਹਾਂ ਤਰ੍ਹਾਂ ਦਿਨ ਬਰਾਤ ਰਹਿੰਦੀ ਸੀ ਕੁਤੇ, ਉੱਥੇ ਪਤਾ ਲੱਗਦਾ ਹੈ ਰਿਸ਼ਤੇ ਦਾ ਇੱਕ ਦੂਜੇ ਦਾ ਵੀ ਕੌਣ ਆਇਆ ਦਾ, ਮਾਮਾ ਕਿਹੜਾ, ਚਾਚਾ ਕਿਹੜਾ, ਤਾਇਆ ਕਿਹੜਾ। ਅੱਜ ਅੱਧੀ ਰਾਤੀ ਦਾ ਵਿਆਹ ਹੈ, ਉਹ ਮਤਲਬ ਪੈਰਾ ਛੂਈਏ ਵਾਪਸ ਆਉਣ ਵਾਲਾ, ਕਿਆ ਉਹ ਲਿਆ ਮਜ਼ਾ ਰਹੇਗਾ ਜਿਹੜਾ ਪੁਰਾਣੇ ਬਜ਼ੁਰਗ ਜਿਹੜੇ ਦੇਖਦੇ ਸੀ ਪਹਿਲੇ ਜਾ ਜਿਹੜੀ ਧਾਮ ਹੁੰਦੀ ਸੀ ਤਰੇ ਦਿਨ ਹੁੰਦੀ, ਉਹ ਲਿਆ ਆਓ ਭਗਤ ਹੁੰਦੀ ਹੈ? ਨਹੀਂ, ਉਹ ਚੀਜ਼ ਬਿਲਕੁਲ ਸਾਡੀ ਪਰੰਪਰਾ ਜਿਹੜੀ ਖਤਮ ਹੋਆ ਕਰਦੀ। ਅਸ ਬਰਾਤ ਜਿਹੜੀ ਜਾਂਦੀ ਸੀ, ਜਿਸ ਘਰ ਬਰਾਤ ਜਾਣੀ ਉੱਥੇ ਉਹਨੇ ਇੱਕ ਲੋਹਾ ਲਾਕਾ ਰੱਖਦੇ ਇੱਕ ਕੀ ਬਰਾਤ ਜਿਸ ਘਰ ਵਿਆਹ ਉਹਦੇ ਕੰਨੇ ਗਿਆ, ਔਰ ਉਸ ਉੱਥੇ ਜਿਹੜੀਆਂ ਉਹ ਸਾਰੇ ਬਰਾਤੀਆਂ ਵਾਸਤੇ ਮੰਜੇ ਡਾਹਦੇ ਹੁੰਦੇ ਸੀ, ਔਰ ਫਿਰ ਉਹਨੇ ਜਿਹੜੀ ਚਾਹ ਔਰ ਉਹ ਡੂਨੇ ਵਿੱਚ ਜਿਹੜੀ ਬਰਫੀ ਜਿਹੜੀ ਹੈ, ਉਹ ਡੂਨੇ ਵਿੱਚ ਜਿਹੜੀਆਂ ਉਹ ਜਲੇਬੀਆਂ, ਉਹ ਜਿਹੜੀ ਪਰੰਪਰਾ ਉਹਦੇ 'ਚ ਇੱਕ ਅਲੱਗ ਗਿਆ ਇੱਕ ਮਤਲਬ ਸੰਦੋਖ ਦਾ, ਉਹ ਸੰਦੋਖ ਉਸ ਡੂਨੇ ਦਾ ਸਵਾਦ ਅਤੇ ਅੱਜ ਖੁਰਲੀ ਦਾ ਸਵਾਦ ਕੋਈ ਫਰਕ ਮਹਿਸੂਸ ਕਰਦੇ? ਕਿਉਂ ਅੱਜ ਅਸ ਮਾਣੂ ਵੀ ਜਿਹੜੇ ਨੇ ਉਹ ਜਨੌਰ ਬਣਦੇ ਜਾ ਕਰਨੇ, ਕਿਉਂਕਿ ਖੁਰਲੀਆਂ 'ਚ ਖਾਣੇ ਜਾਂ ਸਾਦੀ ਹੋਈ ਹੈ। ਉਹ ਜਿਹੜਾ ਪਹਿਲੇ 20 ਬੰਨੀਆਂ ਲੋਕ ਵਰਤਾਉਂਦੇ ਸੀ, ਸਵੱਛ ਕੱਪੜੇ ਪਾਈ ਆਉਂਦੇ ਸੀ, 20 ਬੰਨੀਆਂ ਰੋਟੀ ਖਿਲਾਉਂਦੇ ਸੀ, ਹੱਥ ਧੋਣ ਵਾਲਾ ਵੱਖਰਾ ਹੁੰਦਾ ਹੈ, ਫਿਰ ਬਾਅਦ 'ਚ ਕਈ ਵਾਰੀ ਅਸ ਬਰਾਤੀ ਦੇਖਦੇ ਕਮਨ ਕਮੀਨ ਵੀ ਜਾਂਦੇ, ਜਿਹੜਾ ਸ਼ੀਸ਼ਾ ਦੱਸਣ ਵਾਲਾ ਕੋਈ ਹੈ, ਮਤਲਬ ਪੱਗ ਬਣਾਉਣ ਵਾਲਾ ਕੋਈ ਹੈ। ਉਹ ਜ਼ਮਾਨਾ ਕਿਆ ਦੁਬਾਰਾ ਆਊਗਾ? ਦੁਬਾਰਾ ਆਉਣਾ ਚਾਹੀਦਾ। ਔਰ ਅਸ ਜਿਹੜੇ ਅੱਜ ਦੀ ਨਵੀਂ ਪੀੜ੍ਹੀ ਹੈ, ਸਾਡੇ ਕੋਲ ਵੀ ਅੱਗੇ ਪੀੜ੍ਹੀ ਹੈ, ਅਸ ਉਹਨੇ ਕੀ ਜ਼ਰੂਰ ਇਹ ਸ਼ਿਕਸ਼ਾ ਦਿੰਦੇ ਕਿ ਜਿਹੜੀਆਂ ਪੁਰਾਣੀਆਂ ਸਾਡੀਆਂ ਪਰੰਪਰਾ ਹਨ ਉਹ ਬਣਦੀਆਂ ਰਹਿਣ, ਔਰ ਤਾਂ ਕਿ ਜਿਹੜੇ ਸਾਡੀ ਪ੍ਰਾਚੀਨ ਪਹਿਚਾਣ ਬਣੀ ਰਹੇ। ਔਰ ਇਹ ਅੱਜ ਦਾ ਜਿਹੜਾ ਖਾਣਾ ਹੈ, ਇਹ ਖਾਣਾ ਜੀਵ ਕੀ ਜ਼ਿਆਦਾ ਟੇਸਟ ਲੱਗੋ, ਲੇਕਿਨ ਪੇਟ ਵਾਸਤੇ ਬਿਮਾਰੀਆਂ ਦਾ ਕਾਰਨ ਬਣੀ। ਬਿਲਕੁਲ ਸੱਚ ਗੱਲਾਂ ਕਰਦੇ ਨੇ ਦੋਸਤੋ, ਕਿ ਅੱਜ ਅਸ ਪਾਸ਼ਚਾਤੇ ਰੰਗ 'ਚ ਡੁੱਬਦੇ ਜਾ ਕਰਦੇ ਹਾਂ। ਪੀਜ਼ਾ ਜਿਹੜਾ ਖਾਣੇ ਦਾ ਸ਼ੌਕ ਰੱਖਦੇ ਨੇ, ਜਾਂ ਉਹ ਮੋਮੋ ਜਾਂ ਨੂਡਲਸ ਮੈਦਾ ਖਾਈਏ, ਜਿਲ੍ਹੇ ਅਸ ਪਹੁੰਚਾਉਣੇ ਦੀ ਕੋਸ਼ਿਸ਼ ਕਰਦੇ ਹਾਂ, 500 ਰੁਪਏ ਨੋਟ ਇੱਕ ਵੱਖਰਾ ਰੱਖਣਾ ਪੈਂਦਾ ਡਾਕਟਰ ਕੋਲ ਜਾਣ ਦਾ, ਕਿਉਂ ਵਿਆਹ ਕਾਰ ਸੀ ਅੱਜ ਕੱਲ੍ਹ ਲੱਗਾ ਤੇ ਪੁਰਾਣੇ ਜਿਹੜੀ ਅਸ ਹੈ 7 ਪਕਵਾਨੀ ਪੱਕਦੀ ਸੀ, ਚਾਹ ਜਿਹੜੀ ਰੋਟੀ ਹੁੰਦੀ ਸੀ ਬਰਾਤੀ ਦੇ ਦੂਏ ਦਿਨ ਜਿਲ੍ਹਾ ਹੁੰਦੀ ਸੀ ਚਾਹ, ਉਸ ਚਾਹ 'ਚ 7 ਪਕਵਾਨੀ ਪੱਕਦੇ ਖਾਣੇ ਦਾ ਮਜ਼ਾ ਗਾ ਵੱਖਰਾ ਹੈ। ਪਰ ਅੱਜ ਜਿਹੜੇ ਅਸ ਪਕਵਾਨ ਖਾ ਕਰਦੇ ਹਾਂ ਉਹ ਡਾਕਟਰ ਦੀ ਕਮਾਈ ਦਾ ਸਾਧਨ ਬਣਾ ਕਰਦੇ ਹਾਂ। ਇਹ ਗੱਲਬਾਤ ਦਾ ਸਿਲਸਿਲਾ ਸਾਂਝਾ ਹੋ ਕਰਦਾ ਦੋਸਤੋ, ਹੁਣ ਇਸ ਗ੍ਰਾਂ ਦੀ ਹੋਰ ਟੋਹ ਲੈਂਦੇ ਹਾਂ, ਹੋਰ ਕਿਸ਼ਲਬ ਦਾ, ਖਾਸ ਕਰਕੇ ਵਿਆਹ ਵਾਲਾ ਘਰ ਹੈ ਅਤੇ ਅੱਜ ਹੋਰ ਮਤੇ ਸਾਰੇ ਰਾਂਗੜ, ਉਹ ਵੀ ਤੁਹਾਡੇ ਤੱਕ ਪਹੁੰਚਾਉਣ ਦਾ ਪ੍ਰਯਾਸ ਕਰਨ।
ਮੇਰੇ ਦੇਸ਼ਾ ਦਾ ਸ਼ਲੈਪਾ ਮੇਰੀ ਅੱਖੀ ਕੰਨੇ ਦੇਖ। ਦੋਸਤੋ, ਇਸ ਕਾਰਜਕ੍ਰਮ ਦੇ ਮਾਧਿਅਮ ਕੰਨੇ ਪੰਚਾਇਤੀ ਤਹਿਸੀਲ ਦੇ ਅੰਤਰਗਤ ਆਉਣ ਵਾਲਾ ਲਟਿਆਰ ਗ੍ਰਾਂ ਦੀ ਸੰਸਕ੍ਰਿਤਿਕ ਧਰੋਹਰ ਜਿਹੜੀ ਉਹ ਤੁਹਾਡੇ ਕੰਨੇ ਸਾਂਝਾ ਕਰਨ ਦਾ ਪ੍ਰਯਾਸ ਕੀਤਾ। ਸਮੇਂ ਇੱਥੇ ਮਜਬੂਰ, ਅੱਜ ਦੀ ਕੜੀ, ਅੱਜ ਦਾ ਅੰਕ ਇੱਥੇ ਗੇ ਸੰਪੰਨ ਕਰਨ ਲਈ ਅਸੀਂ ਤੁਹਾਡੇ ਕੋਲ ਅੱਗੇ ਚਾਹੁੰਦੇ ਹਾਂ। ਹਾਂ, ਅਗਰ ਤੁਸੀਂ ਵੀ ਆਪਣਾ ਗ੍ਰਾਂ ਸਿੰਘ ਸਾਦਾ ਦੇਣਾ ਚਾਹੁੰਦੇ ਹੋ ਤਾਂ ਘੰਟੀ ਮਾਰ ਸਕਦੇ ਸਾਡੇ ਇਹਨੇ ਨੰਬਰ ਕੰਨ। ਇਹਦੇ ਕੰਨੇ ਗੇ ਕੈਮਰਾਮੈਨ ਸੰਜੇ ਕੁਮਾਰ ਅਤੇ ਮਿਗੀ ਪ੍ਰਵੀਨ ਸ਼ਰਮਾ ਜੀ ਦਿਓ ਆ ਗਿਆ। ਜੈ ਜੰਮੂ, ਜੈ ਡੁੱਗਰ, ਜੈ ਭਾਰਤ। ਮੇਰੀ ਅੱਖੀ ਕੰਨੇ ਦੇਖੋ, ਮੇਰੇ ਦੇਸ ਦਾ ਸ਼ਲੈਪਾ, ਮੇਰੀ ਅੱਖੀ ਕੰਨੇ ਦੇਖੋ।